ਸਖਤ ਕਰ ਸਿਫਤ ਤੁਮਾਰੀ ਆਪ ਲਿਓ ਤੁਮ ਕਥਾ ਸੁਧਾਰੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ ਸ੍ਰੀ ਹਰ ਗੋਬਿੰਦ ਜੀ ਉਠੇ ਕਰ ਸਭ ਸੋਚ ਸਨਾਨ ਬਸਤਰ ਸ਼ਾਸਤਰ ਕੋ ਪਹਿਰ ਕਰ ਹੋਤ ਭਏ ਸਬਦਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਰਨ ਸਨਮਾਨ ਜੋ ਗੁਰੂ ਕੀ ਸਾਜ ਜੀ ਨਵਾਜੀ ਗੁਰੂ ਖਾਲਸਾ ਸਾਧ ਸੰਗਤ ਜੀ ਆਪ ਜੀ ਅਤਿਨਤਵਟ ਭਾਗੇ ਹੋ ਜੋ ਕੇ ਗੁਰੂ ਕੀ ਪਵਿੱਤਰ ਪਾਵਨ ਹਜ਼ੂਰੀ ਵਿੱਚ ਹਾਜ਼ਰੀਆਂ ਭਰ ਕੇ ਸਤਿਗੁਰਾਂ ਦੀ ਪਾਵਨ ਗੁਰਬਾਣੀ ਦਾ ਆਨੰਦ ਮਾਣ ਰਹੇ ਹੋ ਸਤਿਗੁਰੂ ਜੀ ਦੀ ਹਜ਼ੂਰੀ ਚ ਸੰਧਿਆ ਦੇ ਦੀਵਾਨ ਸੱਜੇ ਨੇ ਸੋਧਾਰੇ ਰਾਜ ਸਾਹਿਬ ਜੀ ਦੇ ਪਾਠ ਉਪਰੰਤ ਭਾਈ ਸਾਹਿਬ ਜਰਨੈਲ ਸਿੰਘ ਜੀ ਨੇ ਅਮਰਤਮਈ ਗੁਰਬਾਣੀ ਦੇ ਕੀਰਤਨ ਦੁਆਰਾ ਨਿਹਾਲ ਕੀਤਾ ਹੈ ਆਓ ਹੁਣ ਲੜੀਵਾਰ ਕਥਾ ਸਤਿਗੁਰੂ ਛੇਵੇਂ ਪਾਤਸ਼ਾਹ ਜੀ ਮਹਾਰਾਜ ਸ੍ਰੀ ਅਮਰਸਰ ਤੋਂ ਦਿੱਲੀ ਵੱਲ ਕਿਵੇਂ ਪ੍ਰਸਥਾਨ ਕੀਤਾ ਉਹ ਸਰਵਣ ਕਰੀਏ ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ 'ਚ ਸੁਰਤੀ ਜੋੜੀਏ ਪਿਆਰ ਨਾਲ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ ਸ੍ਰੀ ਹਰਿ ਗੋਬਿੰਦ ਜੀ ਉਠੇ ਮਹਾਰਾਜ ਗੁਰੂ ਹਰਿ ਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜੀ ਉਠੇ ਹਨ ਘਰ ਸਭ ਸੋਚਿ ਸ্নান ਅੰਮ੍ਰਿਤ ਵੇਲੇ ਸੋਚਿ ਸ্নান ਕਰਕੇ ਬਸਤਰ ਸ਼ਸਤਰ ਕੋ ਪਹਿਰ ਕਰ ਬਸਤਰ ਸ਼ਸਤਰ ਪਹਿਨ ਕੇ ਹੋਤ ਭਏ ਸਬਧਾਨ ਸਬਧਾਨ ਹੋਏ ਤਿਆਰ ਵਰ ਤਿਆਰ ਹੋਏ ਨੇ ਸਾਧ ਗੁਰੂ ਜੀ ਚੌਪਈ ਬਜਿਓ ਕੂਚ ਕੋ ਤਾ ਬਹਿ ਨਗਾਰਾ ਨਗਾਰਾ ਵੱਜਿਆ ਕੂਚ ਦਾ ਚਾਲੇ ਦਾ ਨਗਾਰਾ ਵੱਜਿਆ ਹੈ ਕੀਨਸ ਤਿਆਰੀ ਕਰਨ ਪਦਾਰਾ ਮਹਾਰਾਜ ਦੀਆਂ ਫੌਜਾਂ ਸਾਰੀਆਂ ਤਿਆਰ ਹੋ ਗਈਆਂ ਨੇ ਘੋੜਿਆਂ ਤੇ ਕਾਠੀਆਂ ਪੈ ਗਈਆਂ ਨੇ ਬ੍ਰਿੰਦ ਗੁਰਦਾਸ ਮਸੰਦ ਜੈ ਬ੍ਰਿੰਦ ਬਾਬਾ ਬੁੱਢਾ ਜੀ ਭਾਈ ਗੁਰਦਾਸ ਜੀ ਅਤੇ ਗੁਰੂ ਘਰ ਦੇ ਮੁਖੀ ਮਸੰਦ ਜਿੰਨੇ ਵੀ ਹਨ ਆਏ ਨਿਕਟ ਬੰਦਤ ਕਰ ਬੰਦ ਆ ਕੇ ਗੁਰੂ ਸਾਹਿਬ ਦੇ ਚਰਨਾਂ 'ਚ ਨਮਸਕਾਰਾਂ ਕਰਦੇ ਮੱਥਾ ਟੇਕਦੇ ਬੈਠ ਗਏ ਚਹ ਦਸ਼ਮ ਹੇ ਸਾਰੇ ਔਰ ਸਤਿਗੁਰੂ ਜੀ ਦੇ ਆਲੇ ਦੁਆਲੇ ਬੈਠ ਗਏ ਨੇ ਸਾਰੇ ਸ੍ਰੀ ਹਰਿ ਗੋਬਿੰਦ ਬਾਕ ਉਚਾਰੇ ਤੇ ਗੁਰੂ ਹਰਿ ਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਆਪਣੀ ਰਸਨਾ ਤੋਂ ਇਉਂ ਬੋਲੇ ਹਨ ਬ੍ਰਿਧ ਸਾਹਿਬ ਭਾਈ ਗੁਰਦਾਸ ਮਾਰੇ ਕਹਿੰਦੇ ਹੈ ਬਾਬਾ ਬੁੱਢਾ ਸਾਹਿਬ ਜੀ ਅਤੇ ਭਾਈ ਗੁਰਦਾਸ ਜੀ ਤੁਮ ਸਿਆਣੇ ਕਰਿ বাস ਆਵਾਸ ਆਪ ਜੀ ਸਿਆਣੇ ਹੋ ਵਡੇ ਹੋ ਸਾਰੇ ਪੰਥ ਵਿੱਚ ਸਰੋਮਣੀ ਹੋ ਇਸ ਕਰਕੇ ਤੁਸੀਂ ਗੁਰੂ ਕੀ ਨਗਰੀ ਸ੍ਰੀ ਅੰਮ੍ਰਿਤਸਰ ਵਿੱਚ ਨਿਵਾਸ ਕਰਨਾ ਹੈ ਹਰ ਮੰਦਰ ਕੀ ਕਰਿਹ ਸੇਵਾ ਸ੍ਰੀ ਹਰਿਮੰਦਰ ਸਾਹਿਬ ਦੀ ਸੇਵਾ ਸੰਭਾਲ ਕਰਨੀ ਹੈ ਹਰ ਮੰਦਰ ਸਾਹਿਬ ਦੇ ਅੰਦਰ ਕਥਾ ਕੀਰਤਨ ਜੋ ਪ੍ਰਵਾਹ ਚੱਲਦਾ ਗੁਰਬਾਣੀ ਦਾ ਉਹ ਨਿਰੰਤਰ ਜਾਰੀ ਰੱਖਣਾ ਹੈ ਪੂਜਨ ਕਰੋ ਹੋ ਸਦਾ ਗੁਰਦੇਵਾ ਹਮੇਸ਼ਾ ਹੀ ਸਤਗੁਰਾਂ ਦੇ ਚਰਨਾਂ ਦੀ ਪੂਜਾ ਕਰਨੀ ਹੈ ਪਾਪ ਗੁਰਬਾਣੀ ਪੜ੍ਹਨੀ ਔਰ ਸੁਣਨੀ ਹੈ ਹਾਂਜੀ ਸਿੱਖ ਸੰਗਤ ਆਵਤ ਜਿਮ ਆਗੇ ਅੱਗੇ ਜਿਵੇਂ ਸੰਗਤਾਂ ਸ੍ਰੀ ਅਮਰਸਰ ਆਉਂਦੀਆਂ ਜਾਂਦੀਆਂ ਦਰਸ਼ਨ ਮੇਲੇ ਕਰਦੀਆਂ ਹਨ ਸਰਬ ਰੀਤ ਕਰ ਤਿਮ ਬੜ ਭਾਗੇ ਇਸ ਤਰ੍ਹਾਂ ਸਰਬ ਰੀਤ ਨਾਲ ਗੁਰੂ ਮਹਾਰਾਜ ਸਾਹਿਬ ਜੀ ਦੀ ਧੰਨ ਸ੍ਰੀ ਗੁਰੂ ਰਾਮਦਾਸ ਜੀ ਦੇ ਦਰਬਾਰ ਦੀ ਸੇਵਾ ਵੀ ਕਰਨੀ ਹੈ ਅਤੇ ਆਈਆਂ ਹੋਈਆਂ ਸੰਗਤਾਂ ਦਾ ਮਾਨ ਸਤਕਾਰ ਵੀ ਰੱਖਣਾ ਹੈ ਹਾਂਜੀ ਕਾਰ ਦੇ ਕੀ ਤथा ਚਲਾਵੋ ਜਿਵੇਂ ਪ੍ਰਾਤਨ ਸਮੇਂ ਤੋਂ ਗੁਰੂ ਘਰ ਚ ਲੰਗਰ ਦੀ ਮਰਯਾਦਾ ਚਲੀ ਆ ਰਹੀ ਹੈ ਲੰਗਰ ਨੂੰ ਵੀ ਕਾਇਮ ਰੱਖਣਾ ਹੈ ਅਪਰ ਸਰਬ ਕਾਰਜ ਸੁਧਰਾਵੋ ਹੋਰ ਵੀ ਗੁਰੂ ਘਰ ਦੇ ਸਾਰੇ ਕੰਮ ਸੁਧਾਰਨੇ ਹਨ ਕਿਤਕ ਸੁ ਭਟ ਰਹੇ ਸੰਗਤ ਤੁਮਾਰੇ ਬਾਬਾ ਬੁੱਢਾ ਜੀ ਨੂੰ ਮਹਾਰਾਜ ਕਹਿੰਦੇ ਕੁਝ ਜੋਧੇ ਫੌਜੀ ਤੁਹਾਡੇ ਨਾਲ ਰਹਿਣਗੇ ਸਿੱਖ ਜੋਧੇ ਦਾਸ ਬ੍ਰਿੰਦ ਹੋਵਹਿ ਅਨੁਸਾਰੇ ਪਰ ਗੁਰੂ ਘਰ ਦੇ ਸਾਰੇ ਸੇਵਾਦਾਰ ਵੀ ਤੁਹਾਡੀ ਆਗਿਆ ਮੰਨਣਗੇ ਸਦਾ ਪ੍ਰਸੰਨ ਮਾਥ ਕੋ ਰੱਖੋ ਮਾਤਾ ਮਾਤਾ ਗੰਗਾ ਜੀ ਨੂੰ ਵੀ ਹੌਸਲਾ ਦੇ ਕੇ ਰੱਖਣਾ ਉਹਨਾਂ ਨੂੰ ਪ੍ਰਸੰਨ ਰੱਖਣਾ ਹੈ ਭਾਵ ਉਹ ਕਿਸੇ ਤਰ੍ਹਾਂ ਮਨ ਦੇ ਉੱਤੇ ਸਾਡੇ ਵਿਛੋੜੇ ਦੀ ਗੱਲ ਜਿਹੜੀ ਗੱਲ ਹੈ ਉਹ ਨਾ ਲਾਣ ਹਾਂਜੀ ਹਮਰੀ ਦਿਸ਼ ਤੇ ਆਛੇ ਭਾਖ ਹੋ ਸਾਡੇ ਵੱਲੋਂ ਹਮੇਸ਼ਾ ਖੁਸ਼ੀ ਦੀ ਖਬਰ ਸੁਣਾਣੀ ਹੈ ਮਾਤਾ ਜੀ ਨੂੰ ਸੰਮਤ ਹੋਏ ਕਾਰਕੋ ਕਰਿਯਹ ਪਰ ਮਾਤਾ ਜੀ ਦੀ ਸਲਾਹ ਨਾਲ ਹੀ ਸਾਰੇ ਕੰਮ ਕਰਨੇ ਗੁਰੂ ਘਰ ਦੇ ਜਿੰਨੇ ਕਾਰਜ ਹਨ ਉਹਨਾਂ ਦੀ ਸਲਾਹ ਲੈ ਕੇ ਕਰਨੇ ਹਨ ਸਭ ਇਸ ਸਾਵਧਾਨਤਾ ਧਰੀ ਹੈ ਔਰ ਸਾਰੇ ਪਾਸਿਓਂ ਸਾਵਧਾਨ ਰਹਿਣਾ ਹੈ ਗੁਰੂ ਘਰ ਦੀ ਜੋ ਮਰਜ਼ਾਦਾ ਹੈ ਉਹਦੇ 'ਚ ਕਿਸੇ ਤਰ੍ਹਾਂ ਦਾ ਵਿਗਨ ਨਹੀਂ ਪੈਣ ਦੇਣਾ ਹਾਂਜੀ ਇਹ ਮ ਬਿਰਧ ਕੋ ਸਭ ਸੌਂਪ ਸਮਾਜਾ ਇਸ ਤਰ੍ਹਾਂ ਬਾਬਾ ਬੁੱਢਾ ਸਾਹਿਬ ਜੀ ਨੂੰ ਸਾਰਾ ਸਮਾਜ ਸਾਰੀ ਗੁਰੂ ਘਰ ਦੀ ਜ਼ਿੰਮੇਵਾਰੀ ਸੌਂਪ ਕੇ ਚਾਹਿਓ ਚੜਨ ਗਰੀਬ ਨਿਵਾਜਾ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਗਰੀਬ ਨਿਵਾਜ ਦੀ ਜਾਣਾ ਚਾਹੁੰਦੇ ਆ ਦਿੱਲੀ ਨੂੰ ਪੁਰਜਨ ਅਰ ਸਿੱਖ ਸੇਵਕ ਸਾਰੇ ਔਰ ਜਿੰਨੇ ਅੰਮ੍ਰਿਤਸਰ ਦੇ ਲੋਕ ਹਨ ਅੰਮ੍ਰਿਤਸਰ ਦੀ ਸੰਗਤਾਂ ਹਨ ਸਿੱਖ ਹਨ ਸੇਵਾਦਾਰ ਹਨ ਸਭ ਪਰ ਕਰਨਾ ਦ੍ਰਿਸ਼ਟ ਨਿਹਾਰੇ ਸਾਰਿਆਂ ਤੇ ਗੁਰੂ ਸਾਹਿਬ ਨੇ ਕਿਰਪਾ ਦ੍ਰਿਸ਼ਟੀ ਮੇਰ ਦ੍ਰਿਸ਼ਟੀ ਕੀਤੀ ਹੈ ਦੇਕਰ ਖੁਸ਼ੀ ਭਾਈ ਅਸਵਾਰ ਸਾਰਿਆਂ ਨੂੰ ਖੁਸ਼ੀਆਂ ਦੇ ਕੇ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਘੋੜੇ ਤੇ ਸਵਾਰ ਹੋਏ ਨੇ ਕਰ ਕਹਿ ਜਥਾ ਜੋਗ ਸਭ ਕਾਰ ਸਾਰੀਆਂ ਜ਼ਿੰਮੇਵਾਰੀਆਂ ਦੱਸ ਕੇ ਸੰਗਤਾਂ ਨੂੰ ਅੰਮ੍ਰਿਤਸਰ ਦੇ ਵਿੱਚ ਰਹਿਣ ਵਾਸਤੇ ਹੁਕਮ ਦਿੰਦਾ ਹੈ ਖਾਨ ਵਜ਼ੀਰ ਕੋ ਸੰਗ ਮਿਲਾਏ ਔਰ ਵਜ਼ੀਰ ਖਾਨ ਤੇ ਕਿੰਚ ਬੇਗ ਨੂੰ ਨਾਲ ਲੈ ਕੇ ਮਾਰਗ ਦਿੱਲੀ ਤਵਹ ਸਿਧਾਏ ਗੁਰੂ ਸਾਹਿਬ ਦਿੱਲੀ ਵੱਲ ਤੁਰ ਪਏ ਹਨ ਦਿੱਲੀ ਦੇ ਰਾਹ ਤੇ ਮਹਾਰਾਜ ਸੱਚੇ ਪਾਤਸ਼ਾਹ ਜਿਹੜਾ ਵੱਡਾ ਰੋਡ ਜੀਟੀ ਰੋਡ ਹੈ ਅਜਕਲ ਤਾਂ ਤੁਸੀਂ ਜਲੰਧਰ ਤੋਂ ਅੱਗੇ ਦੇਖੋ ਕਈ ਜਗ੍ਹਾ ਤੇ ਗੁਰਦੁਆਰੇ ਮਹਾਰਾਜ ਛੇਵੀਂ ਪਾਤਸ਼ਾਹੀ ਦੇ ਬਣੇ ਹੋਏ ਨੇ ਜਿਵੇਂ ਫਗਵਾੜੇ ਕੋਲ ਇੱਧਰ ਅੱਗੇ ਕੋਟਾ ਗੁਰਦੁਆਰਾ ਛੇਵੀਂ ਪਾਤਸ਼ਾਹੀ ਦਾ ਮਨਜੀ ਸਾਹਿਬ ਹੈ ਉਸ ਤੋਂ ਅੱਗੇ ਗੁਰੂ ਮਹਾਰਾਜ ਦਾ ਸਥਾਨ ਗੋਵਿੰਦਗੜ੍ਹ ਦੇ ਵਿੱਚ ਵੀ ਮੰਡੀ ਦੇ ਵਿੱਚ ਵੀ ਹੈ ਉਸ ਤੋਂ ਅੱਗੇ ਸਾਧ ਸੰਗਤ ਜੀ ਅੰਬਾਲੇ ਸ਼ਹਿਰ ਮਹਾਰਾਜ ਦੇ ਚਰਨ ਪਏ ਹਨ ਉਹਨਾਂ ਸਾਰਿਆਂ ਧਰਤੀ ਦੇ ਪਾਵਨ ਸਥਾਨਾਂ ਤੇ ਚਰਨ ਪਾ ਕੇ ਗੁਰੂ ਸਾਹਿਬ ਧਰਤੀ ਨੂੰ ਭਾਗ ਲਾਏ ਹਨ ਹਾਂਜੀ ਆਗੇ ਬਾਜਤ ਚਲਹਿ ਨਗਾਰਾ ਅੱਗੇ ਅੱਗੇ ਨਗਾਰਾ ਵੱਜਦਾ ਜਾ ਰਿਹਾ ਹੈ ਤੇ ਗੁਰੂ ਸਾਹਿਬ ਜੀ ਘੋੜੇ ਤੇ ਸਵਾਰ ਨਿਸ਼ਾਨ ਝੂਲਦੇ ਹਨ ਬਾਦਸ਼ਾਹ ਦੀ ਤਰ੍ਹਾਂ ਸੇਵੇਂ ਪਾਦਸ਼ਾਹ ਜੀ ਦੀ ਸਵਾਰੀ ਜਾ ਰਹੀ ਹੈ ਹਾਂਜੀ ਪਟਨ ਕੀ ਬਨਾ ਸੁਜਸ ਉਚਾਰਾ ਪਟ ਤੈ ਨਕੀ ਅੱਗੇ ਅੱਗੇ ਸੁਜਸ ਉਚਾਰਨ ਕਰਦੇ ਸੋਲੇ ਗਾਉਂਦੇ ਹੋਏ ਬਹੁਤ ਸਾਰੇ ਕਰਖੇ ਤੇ ਬੈਂਤ ਗਾਉਂਦੇ ਹੋਏ ਜਾ ਰਹੇ ਨੇ ਜਿਸ ਮਗਰ ਜਗ ਗੁਰ ਕਰਤ ਪਿਆਨਾ ਜਿਹੜੇ ਰਾਤੋਂ ਮਹਾਰਾਜ ਜਗਤ ਗੁਰੂ 6ਵੇਂ ਪਾਤਸ਼ਾਹ ਜੀ ਪਿਆਨਾ ਕਰਦੇ ਨੇ ਲੰਘਦੇ ਨੇ ਸੁਨਹਿ ਨਾਰ ਨਰ ਜੋ ਸੁਧ ਕਾਨਾ ਜਿਹੜਾ ਵੀ ਕੋਈ ਖਬਰ ਸੁਣਦਾ ਵੀ ਗੁਰੂ ਸਾਹਿਬ ਜੀ ਆ ਰਹੇ ਨੇ ਪਹਿਲਾਂ ਹੀ ਲੋਕ ਸੰਗਤਾਂ ਰਸਤੇ 'ਚ ਖੜ ਜਾਂਦੀਆਂ ਪਿੰਡਾਂ ਦੇ ਲੋਕ ਕਹਿੰਦੇ ਮਹਾਰਾਜ ਸਾਡੇ ਕੋਲ ਰਹੋ ਮਹਾਰਾਜ ਕਿਤੇ ਰਾਤ ਪਵੇ ਤੇ ਰੁਕਦੇ ਨਹੀਂ ਤਾਂ ਤੁਰਦੇ ਰਹਿੰਦੇ ਨੇ ਪਰ ਸੰਗਤਾਂ ਨੂੰ ਦਰਸ਼ਨ ਦੇ ਹੀ ਜਾਂਦੇ ਨੇ ਰਾਜ ਖੜੀਆਂ ਹੋਈਆਂ ਸੰਗਤਾਂ ਛੇਵੇਂ ਪਾਤਸ਼ਾਹ ਦਾ ਸਵਾਗਤ ਕਰਦੀਆਂ ਨੇ ਕੋਈ ਫਲ ਫਰੂਟ ਪੇਟਾ ਕਰਦੀਆਂ ਨੇ ਜਥਾ ਸ਼ਕਤ ਲੈ ਤੁਰਤ ਉਪਾਇਨ ਜਥਾ ਸ਼ਕਤ ਬੜੇ ਸੋਹਣੇ ਉਪਹਾਰ ਲੈ ਕੇ ਪੇਟਾਵਾਂ ਲੈ ਕੇ ਪੂਜਹਿ ਆਨ ਗੁਰੂ ਕਿਰਪਾਇਨ ਗੁਰੂ ਸਾਹਿਬ ਦੇ ਚਰਨਾਂ ਦੀ ਪੂਜਾ ਕਰਦੀਆਂ ਨੇ ਭਾਵ ਗੁਰੂ ਮਹਾਰਾਜ ਦੇ ਚਰਨਾਂ ਤੋਂ ਬਲ ਹਾਰ ਜਾਂਦੀਆਂ ਨੇ ਕਿਰਪਾ ਦ੍ਰਿਸ਼ਟ ਕਰ ਚਲਤ ਅਗੇਰੇ ਅਗੇ ਅਗੇ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜੀ ਤੁਰੇ ਜਾਂਦੇ ਨੇ ਜਿੱਧਰ ਕੇ ਸੰਗਤਾਂ ਖੜੀਆਂ ਮਹਾਰਾਜ ਨਿਗਾਹ ਫੇਰ ਕੇ ਕਿਰਪਾ ਦ੍ਰਿਸ਼ਟੀ ਕਰਕੇ ਤਾਰ ਦਿੰਦੇ ਨੇ ਜਹਕਰ ਡੇਰਾ ਹਿਤ ਬਸੇਰੇ ਜਿੱਥੇ ਰਾਤ ਪੈਂਦੀ ਉੱਥੇ ਡੇਰਾ ਕਰਦੇ ਨੇ ਉੱਥੇ ਰਾਤ ਰਹਿੰਦੇ ਨੇ ਉਤੋਂ ਦੀਆਂ ਸੰਗਤਾਂ ਬਹੁਤ ਸੇਵਾ ਕਰਦੀਆਂ ਨੇ ਤਹ ਤੇ ਆਏ ਦਰਸ ਕੋ ਕਰਾਂ ਉੱਥੇ ਆ ਕੇ ਲੋਕ ਮਹਾਰਾਜ ਦੇ ਦਰਸ਼ਨ ਕਰਨ ਲਈ ਜੁੜ ਜਾਂਦੇ ਨੇ ਜਿੱਥੇ ਗੁਰੂ ਹਰਗੋਬਿੰਦ ਸਾਹਿਬ ਦੀ ਰਾਤ ਪੜ ਡੇਰੇ ਪਛਾਉਣੀ ਪੈਂਦੀ ਹੈ ਡੇਰਾ ਲੱਗਦਾ ਹੈ ਉਥੇ ਹੀ ਸੰਗਤਾਂ ਦਾ ਜੋੜ ਮੇਲਾ ਚੰਗਾ ਭਰ ਜਾਂਦਾ ਉਥੇ ਹੀ ਸੰਗਤਾਂ ਇਦਾਂ ਹੋ ਜਾਂਦੀਆਂ ਜਿਵੇਂ ਸਮੁੰਦਰ ਹੀ ਆ ਗਿਆ ਹੋਵੇ ਠਾਠਾ ਮਾਰਦਾ ਸੰਗਤ ਦਾ ਇਲਾਕੇ ਦੇ ਸਿੱਖ ਭੱਜੇ ਆਉਂਦੇ ਨੇ ਕਿਉਂਕਿ ਗੁਰੂ ਨਾਨਕ ਦੀ ਵਡਿਆਈ ਬਹੁਤ ਵੱਡੀ ਪ੍ਰਗਟ ਪਈ ਸਗਲੇ ਯੁਗ ਅੰਤਰ ਗੁਰੂ ਨਾਨਕ ਦੀ ਵਡਿਆਈ ਗੁਰੂ ਨਾਨਕ ਦੇ ਪ੍ਰੇਮੀ ਸਿੱਖ ਥਾਂ ਥਾਂ ਤੇ ਰਹਿੰਦੇ ਹਨ ਹਾਂਜੀ ਬੁਰਹੇ ਕਾਮਨਾ ਜੋ ਉਰ ਤਰਾਂ ਜਿਹੜੀ ਜਿਹੜੀ ਮਨ ਦੀ ਕੋਈ ਕਾਮਨਾ ਹੁੰਦੀ ਹੈ ਉਹ ਪੂਰੀ ਹੋ ਰਹੀ ਹੈ ਕੋਤ ਪ੍ਰਭਾਤ ਗਮਨ ਕੋ ਠਾਨ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਸਵੇਰੇ ਉੱਠ ਕੇ ਇਸ਼ਨਾਨ ਪਾਣੀ ਕਰਕੇ ਨਿਤਨੇਮ ਕਰਕੇ ਪੜਾ ਅਗੇ ਨੂੰ ਤੋਰ ਦਿੰਦੇ ਹਨ ਤੇ ਇਸ ਤਰ੍ਹਾਂ ਤੁਰਦੇ 20 25 ਮੀਲ 30 ਮੀਲ ਰੋਜ਼ ਸਫ਼ਰ ਕਰਦੇ ਸੰਗਤਾਂ ਨੂੰ ਬਹੁਤਾ ਰੋਕ ਕੇ ਰੱਖਦੀਆਂ ਨੇ ਖੜੀਆਂ ਹੁੰਦੀਆਂ ਨੇ ਸਾਰਿਆਂ ਨੂੰ ਮਿਲ ਕੇ ਜਾਣਾ ਹੁੰਦਾ ਇਸ ਕਰਕੇ ਬੜੇ ਆਰਾਮ ਨਾਲ ਤੁਰੇ ਜਾਂਦੇ ਨੇ ਮਹਾਰਾਜ ਹਾਂਜੀ ਸੈਨਪਟਨ ਕੀ ਸਾਥ ਪਿਆਨਾ ਉਹ ਮਹਾਰਾਜ ਦੇ ਨਾਲ ਯੋਧਿਆਂ ਦੀ ਫੌਜ ਵੀ ਜਾਂਦੀ ਹੈ ਹਾਂਜੀ ਮਗਮਹਿ ਖੇਲਤ ਕਰਹਿ ਅਖੇਰੇ ਤੇ ਰਸਤੇ ਦੇ ਵਿੱਚ ਸ਼ਿਕਾਰ ਖੇਡਦੇ ਜਾਂਦੇ ਹਨ ਬਾਜ ਕੋਹੀ ਸ਼ਿਕਰੇ ਜੋ ਬਡੇਰੇ ਬਾਜ ਕੋਈਆਂ ਸ਼ਿਕਰੇ ਜੁਰਰੇ ਇਦਾਂ ਮਹਾਰਾਜ ਸਾਹਿਬ ਸ਼ਿਕਾਰ ਖੇਡਦੇ ਨਾਲ ਬਾਜ ਰੱਖੇ ਹੋਏ ਨੇ ਸ਼ਿਕਰੇ ਰੱਖੇ ਹੋਏ ਨੇ ਸਿਚਾਨੇ ਰੱਖੇ ਹੋਏ ਨੇ ਕੁਈਆਂ ਰੱਖੀਆਂ ਹੋਈਆਂ ਨੇ ਸ਼ਿਕਾਰੀ ਕੁੱਤੇ ਰੱਖੇ ਹੋਏ ਨੇ ਸ਼ਿਕਾਰ ਖੇਡਦੇ ਨੇ ਜਿੱਥੇ ਵੀ ਸਤਗੁਰੂ ਜਾਂਦੇ ਨੇ ਬਨ ਕੇ ਜੀਵ ਉਧਾਰਤ ਜਾਤੇ ਜੰਗਲ ਦੇ ਜੀਵਾਂ ਦਾ ਉਧਾਰ ਕਰਦੇ ਜਾਂਦੇ ਨੇ ਉਹਨਾਂ ਦੀ ਵੀ ਮਹਾਰਾਜ 84 ਘਾਟ ਦਿੰਦੇ ਜਿਨ੍ਹਾਂ ਦਾ ਸ਼ਿਕਾਰ ਕਰਦੇ ਹਨ ਜਿਨ੍ਹਾਂ ਨੂੰ ਛੇਵੇਂ ਪਾਦਸ਼ਾ ਤੀਰ ਮਾਰਦੇ ਹਨ ਜਾਂ ਗੁਰੂ ਸਾਹਿਬ ਦਾ ਬਾਦ ਜਾ ਕੇ ਫੜ ਲੈਂਦਾ ਹੈ ਜਾਂ ਸ਼ਿਕਾਰੀ ਕੁੱਤੇ ਜਿਨ੍ਹਾਂ ਨੂੰ ਮਾਰ ਲੈਂਦੇ ਉਹਨਾਂ ਦੀ ਜੀਵਾਂ ਦੀ ਵੀ ਰੂਹ ਦਾ ਕਲਿਆਣ ਕਰ ਦਿੰਦੇ ਗੁਰੂ ਸਾਹਿਬ ਛੇਵੇਂ ਪਾਤਸ਼ਾਹ ਜੀ ਹਾਂਜੀ ਪੂਰਬ ਬੜੇ ਭਾਗ ਜਿਨ ਜਤ ਜਿਨ੍ਹਾਂ ਦੇ ਪੂਰਬਲੇ ਕਰਮ ਜਾਗੇ ਉਹਨਾਂ ਨੂੰ ਮੁਕਤੀ ਮਿਲਦੀ ਹੈ 84 ਲੱਖ ਜੁਨਾਂ ਚ ਭਟਕ ਰਹੀਆਂ ਰੂਹਾਂ ਨੂੰ ਮਹਾਰਾਜ ਆਪਣੇ ਦਰਸ਼ਨ ਦੇ ਕੇ ਆਪਣੇ ਕਰ ਕਮਲਾਂ ਨਾਲ ਸ਼ਿਕਾਰ ਕਰਕੇ ਮੁਕਤ ਕਰ ਦਿੰਦੇ ਹਨ। ਅਨੇਕ ਬਿਲਾਸਨ ਕੋ ਬਿਲ ਸੰਤੇ ਬੜੇ ਬਿਲਾਸ ਕੋਤ ਕਰਦੇ ਕਰਦੇ ਸਤਿਗੁਰੂ ਜੀ ਜਾ ਰਹੇ ਹਨ। ਪੰਥ ਵਿਖੈ ਗਮਨਤ ਹਰਖੰਤੇ। ਉਹ ਖੁਸ਼ੀ ਨਾਲ ਜਾ ਰਹੇ ਨੇ, ਸੰਗਤਾਂ ਨੂੰ ਵੀ ਖੁਸ਼ੀਆਂ ਦੇ ਰਹੇ ਨੇ। ਬਹੁਤ ਸਾਰੇ ਨਗਰਾਂ ਸ਼ਹਿਰਾਂ 'ਚ ਗੁਰਦੁਆਰੇ ਸਾਹਿਬ ਸੰਗਤ ਜੀ ਬਣੇ ਹੋਏ ਨੇ, ਕਿਤੇ ਅਜੇ ਪ੍ਰਗਟ ਨਹੀਂ ਹੋਏ। ਜਿੱਥੇ-ਜਿੱਥੇ ਮਹਾਰਾਜ ਸਾਹਿਬ ਜੀ ਸਮਾ ਆਏਗਾ ਨਾ ਸਾਰੀ ਥਾਵਾਂ ਪ੍ਰਗਟ ਹੋ ਜਾਣੀ ਹੈ। ਅੰਬਾਲੀ ਸ਼ਹਿਰ ਵਿੱਚ ਮਹਾਰਾਜ ਆ ਪਹੁੰਚੇ ਜੀਟੀ ਰੋਡ ਦੇ ਉੱਤੇ ਹੀ ਜਿਹੜਾ ਰੋਡ ਹੈ ਨਾ ਜੀਟੀ ਰੋਡ ਹਿੰਦੁਸਤਾਨ ਦਾ 1 ਨੰਬਰ ਰੋਡ ਜਿਹਨੂੰ ਕਹਿੰਦੇ ਆ ਇਹ ਪੇਸ਼ਾਵਰ ਤੋਂ ਲੈ ਕੇ ਕਲਕੱਤੇ ਤੱਕ ਹੈ ਇਹ ਸ਼ੇਰ ਸਾ ਸੂਰੀ ਬਾਦਸ਼ਾਹ ਹੋਇਆ ਪਠਾਨ ਬਾਬਰ ਤੋਂ ਬਾਅਦ ਲਗਭਗ 12 ਸਾਲ ਹਿੰਦੁਸਤਾਨ ਤੇ ਰਾਜ ਕੀਤਾ ਉਹਨੇ ਉਨੇ ਇਹ ਬਣਾਇਆ ਸੀ ਉਹਦਾ ਨਾਮ ਹੀ ਮਾਰਗ ਦਾ ਰਸਤੇ ਦਾ ਨਾਮ ਹੈ ਸ਼ੇਰਸਾ ਸੂਰੀ ਮਾਰਗ ਸ਼ੇਰ ਸ਼ਾਹ ਪਠਾਨ ਸਲੀਮ ਖਾਨ ਵੀ ਉਹਨੂੰ ਕਹਿੰਦੇ ਨੇ ਤੇ ਸ਼ੇਰ ਖਾਨ ਵੀ ਉਹਦੇ ਨਾਮ ਤੋਂ ਨੇ ਉਸ ਨੇ ਬਣਾਇਆ ਸੀ ਆ ਸ਼ੇਰਸਾ ਸੂਰੀ ਮਾਰਗ ਉਹਦੇ ਤੇ ਮਹਾਰਾਜ ਜਿਵੇਂ ਪਾਤਸ਼ਾਹ ਤੁਰਦੇ ਤੁਰਦੇ ਜਦੋਂ ਅੰਬਾਲੇ ਦੀ ਧਰਤੀ ਤੇ ਪਹੁੰਚੇ ਨੇ ਉੱਥੇ ਦੀਆਂ ਸੰਗਤਾਂ ਨੇ ਬੜੇ ਪ੍ਰੇਮ ਨਾਲ ਸੇਵਾ ਕੀਤੀ 50 50 ਮੀਲ ਦੀਆਂ ਸੰਗਤਾਂ ਉੱਥੇ ਇਕੱਠੀਆਂ ਹੋਈਆਂ ਸਨ ਲੁਖੀ ਪਿੰਡ ਦਾ ਇੱਕ ਰੰਗੜ ਉੱਥੇ ਹਾਜ਼ਰ ਸੀ ਉਸ ਰੰਗੜ ਨੇ ਸੰਗਤ ਦੇ ਵਿੱਚ ਬੇਨਤੀ ਕੀਤੀ ਮਹਾਰਾਜ ਤੁਸੀਂ ਇੱਥੇ ਅੰਬਾਲੇ ਦੀ ਧਰਤੀ ਆਏ ਤੇ ਕੋਈ ਆਪਣੀ ਨਿਸ਼ਾਨੀ ਇੱਥੇ ਪਕੈਮ ਕਰ ਦਿਓ ਬਖਸ਼ਿਸ਼ ਕਰ ਦਿਓ ਇੱਥੇ ਤੁਹਾਡੀ ਯਾਦ ਬਣੀ ਰਹੇਗੀ ਇੱਥੇ ਪਾਣੀ ਦੀ ਬੜੀ ਘਾਟ ਹੈ ਗੁਰੂ ਜੀ ਕੋਈ ਪਾਣੀ ਦਾ ਵਸੀਲਾ ਕਰ ਦਿਓ ਇਹ ਸੁਣ ਕੇ 6ਵੇਂ ਪਾਤਸ਼ਾਹ ਉੱਠੇ ਆਪਣੇ ਕਰ ਕਮਨਾਂ ਨਾਲ ਸ੍ਰੀ ਬੌਲੀ ਸਾਹਿਬ ਜੀ ਦਾ ਟੱਕ ਲਾਇਆ ਅੱਜ ਵੀ ਉਹ ਗੁਰਦੁਆਰਾ ਮੰਜੀ ਸਾਹਿਬ ਬੌਲੀ ਸਾਹਿਬ ਜੀਟੀ ਰੋਡ ਦੇ ਉੱਤੇ ਹੈ ਦਾਸ ਨੂੰ 20 ਸਾਲ ਉੱਥੇ ਕਥਾ ਦੀ ਸੇਵਾ ਮਹਾਰਾਜ ਨੇ ਬਖਸ਼ਿਸ਼ ਕੀਤੀ 1996 ਤੋਂ ਲੈ ਕੇ ਪਿਛਲੇ 2 ਸਾਲ ਤੋਂ ਜਦੋਂ ਤੁਹਾਡੇ ਕੋਲ ਆਏ ਆ ਪਹਿਲਾਂ ਉੱਥੇ ਹੀ ਸੇਵਾ ਨਿਭਾਈ ਮਹਾਰਾਜ ਉੱਥੇ ਸੱਚੇ ਪਾਤਸ਼ਾਹ ਜਦੋਂ ਬੌਲੀ ਬਣਾ ਕੇ ਆਰੰਭ ਕਰਕੇ ਅੱਗੇ ਚਲੇ ਗਏ ਵਾਪਸ ਜਦੋਂ ਬੌਂਜਾ ਰਾਜਾ ਨੂੰ ਲੈ ਕੇ ਆਉਣਗੇ ਉੱਥੇ ਫਿਰ ਪੜਾ ਕਰਦੇ ਜਦੋਂ ਪੜਾ ਕਰਦੇ ਬੌਲੀ ਬਣ ਚੁੱਕੀ ਸੰਗਤਾਂ ਨੇ ਸੇਵਾ ਸੰਪੂਰਨ ਕਰ ਦਿੱਤੀ ਇਲਾਕੇ ਦੀਆਂ ਸੰਗਤਾਂ ਨੇ ਬੇਨਤੀ ਕੀਤੀ ਮਹਾਰਾਜ ਹਣ ਬੌਲੀ ਤੇ ਇਸ਼ਨਾਨ ਕਰੋ ਮਹਾਰਾਜ ਬੌਲੀ 'ਚ ਇਸ਼ਨਾਨ ਆਪ ਵੀ ਕੀਤਾ ਤੇ ਨਾਲੇ ਵਰ ਦਿੱਤਾ ਕਹਿਣ ਲੱਗੇ ਜਿਹੜਾ ਇਸ ਬੌਲੀ ਤੇ ਇਸ਼ਨਾਨ ਕਰੇਗਾ ਸੋਕੜੇ ਦਾ ਮਰੀਜ਼ ਬੱਚਾ ਬੱਚਿਆਂ ਨੂੰ ਇੱਕ ਬਿਮਾਰੀ ਹੁੰਦੀ ਸੋਕੜੇ ਦੀ ਸਰੀਰ ਤਾਕਤ ਵਾਲਾ ਨਹੀਂ ਹੁੰਦਾ ਕਮਜ਼ੋਰ ਹੀ ਪਤਲਾ ਜਾਂ ਸੁੱਕਦਾ ਹੀ ਜਾਂਦਾ ਇੱਥੇ ਹਰੇ ਹੋ ਜਾਣਗੇ ਸਾਧ ਸੰਗਤ ਜੀ ਹੋਰ ਵੀ ਕਈ ਬਿਮਾਰੀਆਂ ਦੁੱਖ ਕਲੇਸ਼ ਉੱਤੇ ਦੇਖਿਆ ਵੀ ਬੌਲੀ ਸਾਹਿਬ ਦਾ ਜਲ ਛਕਣ ਨਾਲ ਤੇ ਸ਼ਰਧਾਨ ਕਰਨ ਦੇ ਨਾਲ ਸਭ ਬਿਮਾਰੀਆਂ ਠੀਕ ਹੁੰਦੀਆਂ ਅੱਜ ਤੱਕ 6ਵੇਂ ਪਾਸ਼ਾ ਮਹਾਰਾਜ ਦਾ ਬਚਨ ਗੁਰੂ ਹਰਗੋਬਿੰਦ ਸਾਹਿਬ ਦਾ ਉੱਥੇ ਪ੍ਰਤੱਖ ਵੇਖਿਆ ਜਾਂਦਾ ਅੰਵਾਲੇ ਦੀ ਧਰਤੀ ਉੱਥੋਂ ਅੱਗੇ ਫਿਰ ਮਹਾਰਾਜ ਗਏ ਨੇ ਸ਼ਹਾਬਾਦ ਮਾਰਕੰਡਾ ਨਦੀ ਦੇ ਕੰਡੇ ਤੇ ਛੇਵੀਂ ਪਾਸ਼ੀ ਦਾ ਗੁਰਦੁਆਰਾ ਉੱਥੋਂ ਫਿਰ ਕੁਰਛੇਤਰ ਬ੍ਰਹਮਸੋਵਰ ਦੇ ਲਾਗੇ ਛੇਵੀਂ ਪਾਸ਼ੀ ਦਾ ਬੜਾ ਪ੍ਰਸਿੱਧ ਸਥਾਨ ਹੈ ਉੱਥੋਂ ਚੱਲ ਕੇ ਕਰਨਾਲ ਪਾਣੀਪਤ ਸੋਨੀਪਤ ਇਸ ਤਰ੍ਹਾਂ ਮਹਾਰਾਜ ਤੁਰੇ ਜਾਂਦੇ ਆ ਜਿੱਥੇ ਸੰਗਤਾਂ ਨੂੰ ਪਤਾ ਲੱਗਦਾ ਠਾਠਾ ਮਾਰਦਾ ਸਮੁੰਦਰ ਸੰਗਤਾਂ ਦਾ ਇਕੱਠਾ ਹੋ ਜਾਂਦਾ ਹਿੰਦੂ ਮੁਸਲਮਾਨ ਸਭ ਗੁਰੂ ਮਹਾਰਾਜ ਦੇ ਦਰਸ਼ਨ ਕਰਦੇ ਹਾਂਜੀ ਖਾਨ ਵਜ਼ੀਰ ਨੇ ਜਿਸ ਭਟਣ ਸਾਥ ਤੇ ਮਹਾਰਾਜ ਦੇ ਨਾਲ ਵਜ਼ੀਰ ਖਾਨ ਆਪਣੀ ਫੌਜ ਸਮੇਤ ਜਾ ਰਿਹਾ ਹੈ ਵਜ਼ੀਰ ਖਾਨ ਦੀ ਫੌਜ ਤੇ ਕਿੰਚ ਬੇਗ ਦੀ ਫੌਜ ਉਹਦੇ ਸਿਪਾਹੀ ਉਹਦੇ ਜੋਧੇ ਵੀ ਨਾਲ ਜਾ ਰਹੇ ਨੇ ਗੁਰੂ ਦੀ ਫੌਜ ਵੀ ਜਾ ਰਹੀ ਹੈ ਤੇ ਵਜ਼ੀਰ ਖਾਨ ਦੀ ਫੌਜ ਵੀ ਜਾ ਰਹੀ ਹੈ ਹਾਂਜੀ ਚਲਤ ਸੰਗ ਨਿਤ ਸ੍ਰੀ ਗੁਰਨਾਥ ਸਤਿਗੁਰੂ ਸਾਹਿਬ ਜੀ ਦੇ ਨਾਲ ਇਸ ਤਰ੍ਹਾਂ ਬੜੀ ਵੱਡੀ ਫੌਜ ਹੈ ਕਾਫਲਾ ਬੜਾ ਵੱਡਾ ਗੁਰੂ ਕੀ ਫੌਜ ਤਾਂ ਹੈ ਹੀ ਹੈ ਵਜ਼ੀਰ ਖਾਨ ਦੀ ਫੌਜ ਵੀ ਨਾਲ ਹੈ ਉਹਦੇ ਸਿਪਾਈ ਇhtiyar band ਘੋੜਸਵਾਰ ਫੌਜੀ ਜੋਧੇ ਉਹ ਵੀ ਮੁਸਲਮਾਨ ਵੀ ਨਾਲ ਹਨ ਹਿੰਦੂ ਵੀ ਨਾਲ ਹਨ ਸਿੱਖ ਵੀ ਨਾਲ ਹਨ ਹਾਂਜੀ ਅਨੇਕ ਰੀਤ ਤੇ ਗੁਰੂ ਰਜਾਵੈ ਵਜ਼ੀਰ ਖਾਂ ਬਹੁਤ ਪ੍ਰੇਮ ਕਰਦਾ ਮਹਾਰਾਜ ਨਾਲ ਗੁਰੂ ਸਾਹਿਬ ਦੀ ਬੜੀ ਸੇਵਾ ਕਰਦਾ ਜਦੋਂ ਵੀ ਮਹਾਰਾਜ ਕੁੜਾਂ ਕਰਦੇ ਨੇ ਗੁਰੂ ਸਾਹਿਬ ਦੀ ਸੇਵਾ ਜ ਹਾਜ਼ਰ ਹੋ ਜਾਂਦਾ ਆਪਣੇ ਫੌਜੀਆ ਨੂੰ ਕਹਿੰਦਾ ਵੀ ਤੁਸੀਂ ਸੇਵਾ ਕਰੋ ਗੁਰੂ ਕੇ ਸਿੱਖਾਂ ਨੂੰ ਘੱਟ ਕੰਮ ਕਰਨ ਦਿੰਦਾ ਆਪਣੀ ਫੌਜ ਤੋਂ ਜ਼ਿਆਦਾ ਸੇਵਾ ਲੈਂਦਾ ਮਹਾਰਾਜ ਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਕਰਦਾ ਹੈ। ਸਾਹਨ ਕੇਸਵ ਪ੍ਰਸੰਗ ਚਲਾਵਾ ਤੇ ਗੁਰੂ ਸਾਹਿਬ ਕੋਲ ਬਹਿ ਕੇ ਦਿੱਲੀ ਦਰਬਾਰ ਦੀਆਂ ਰਾਜਨੀਤੀ ਦੀਆਂ ਜਿਹੜੀਆਂ ਗੱਲਾਂ ਹਨ ਉਹਦੇ ਤੇ ਵੀ ਵਿਚਾਰ ਵੀ ਕਰਦਾ ਕਿਉਂਕਿ ਉਹ ਦਿੱਲੀ ਦਰਬਾਰ 'ਚ ਬੜਾ ਅਫਸਰ ਕਰਦਾ ਆਦਮੀ ਸੀਗਾ। ਲਾਹੌਰ ਦਾ ਗਵਰਨਰ ਸੀ ਤੇ ਮਹਾਰਾਜ ਪੰਜਵੇਂ ਪਾਤਸ਼ਾਹ ਦੀ ਕਿਰਪਾ ਨਾਲ ਸਿੱਖੀ ਧਾਰਨ ਕੀਤੀ ਸੀ। ਸੋ ਮੁਸਲਮਾਨ ਅਫਸਰ ਉਹਦੇ ਨਾਲ ਸਾਰੇ ਜਿਹੜੇ ਉਹ ਵੀ ਗੁਰੂ ਸਾਹਿਬ ਦੀ ਸੰਗਤ ਕਰਦੇ ਉਹ ਵੀ ਨਾਮ ਜਪਣ ਲੱਗ ਪਏ ਉਹ ਵੀ ਸੇਵਾ ਸਿਮਰਨ ਵਾਲੇ ਹੋ ਗਏ ਅਫਸਰ ਕਿੰਚ ਬੇਗ ਤਾਂ ਬਹੁਤ ਹੀ ਪ੍ਰੇਮੀ ਬਣ ਗਿਆ ਸੰਗ ਅਖੇਰ ਬ੍ਰਿਤ ਕੋ ਕਰਾ ਨਾਲ ਹੀ ਗੁਰੂ ਸਾਹਿਬ ਸ਼ਿਕਾਰ ਖੇਡਣ ਜਾਂਦੇ ਵਜ਼ੀਰ ਖਾਂ ਵੀ ਜਾਂਦਾ ਨਾਲ ਕਿੰਚ ਬੇਗ ਵੀ ਸ਼ਿਕਾਰ ਖੇਡਦਾ ਗੁਰੂ ਸਾਹਿਬ ਜਿੱਥੇ ਜਾਂਦੇ ਹਨ ਉਥੇ ਵਜ਼ੀਰ ਖਾਂ ਨਾਲ ਜਾਂਦਾ ਹੈ ਜਿਵੇਂ ਗੁਰ ਹਰਖ ਹੈ ਤਿਮ ਉਰ ਧਰੈ ਜਿਵੇਂ ਮਹਾਰਾਜ ਖੁਸ਼ ਹੋ ਜਾਣ ਸਤਿਗੁਰੂ ਛੇਵੇਂ ਪਾਤਸ਼ਾਹ ਜੀ ਉਦਾਂ ਹੀ ਕਰਦਾ ਹੈ ਮਦਰ ਬਚਨ ਤੇ ਬਹੁਤ ਸਨਮਾਨ ਤੇ ਬੜੇ ਪ੍ਰੇਮ ਨਾਲ ਗੁਰੂ ਸਾਹਿਬ ਦਾ ਸਨਮਾਨ ਕਰਦਾ ਆਦਰ ਨਾਲ ਹੀ ਬੋਲਦਾ ਹੈ ਹਾਂਜੀ ਬੈਠ ਹੈ ਨੇਕਟ ਪ੍ਰੇਮ ਕੋਠਾਨਾ ਔਰ ਬੜੇ ਪ੍ਰੇਮ ਨਾਲ ਗੁਰੂ ਸਾਹਿਬ ਦੇ ਕੋਲ ਬੈਠ ਕੇ ਬਚਨ ਵਿਲਾਸ ਕਰਦਾ ਹੈ ਹਾਂਜੀ ਜਿੱਥੇ ਕਿੱਥੇ ਨਰ ਪੂਜੈ ਗੁਰ ਕੋ ਜਿੱਥੇ ਕਿੱਥੇ ਸੰਗਤਾਂ ਮਹਾਰਾਜ ਸਾਹਿਬ ਜੀ ਦੀ ਪੂਜਾ ਕਰਦੀਆਂ ਜਿੱਥੇ ਵੀ ਮਹਾਰਾਜ ਜਾਂਦੇ ਗੁਰੂ ਕੇ ਸਿੱਖ ਇਕੱਠੇ ਹੋ ਜਾਂਦੇ ਆ ਹਰ ਇਲਾਕੇ 'ਚ ਮਹਾਰਾਜ ਗੁਰੂ ਨਾਨਕ ਸਾਹਿਬ ਦੀ ਸਿੱਖੀ ਬਹੁਤ ਫੈਲੀ ਹੋਈ ਸੀ। ਅਸੀਂ ਸਾਧ ਸੰਗਤ ਦੀ ਸਿੱਖੀ ਘਟਾ ਜ਼ਰੂਰ ਦਿੱਤੀ ਵਧਾਈ ਕੋਈ ਨਹੀਂ ਅਸੀਂ। ਸਾਡਾ ਪ੍ਰਚਾਰ ਇਹੋ ਜਿਹਾ ਵੀ ਸਿੱਖਾਂ ਨੂੰ ਗੁਰਦੁਆਰੇ ਵੜਨ ਨਹੀਂ ਦੇਣਾ। ਇਹੋ ਜੀਆਂ ਗੱਲਾਂ ਕਰੋ ਵੀ ਅਗਲਾ ਮੱਥਾ ਟੇਕਣਾ ਅੱਜ ਤੇ ਆ ਗਿਆ ਭੁੱਲ ਕੇ ਕੱਲ ਨੂੰ ਮੱਥਾ ਟੇਕਣ ਵੀ ਨਾ ਆਵੇ। ਇਹ ਪ੍ਰਚਾਰ ਗੁਰੂ ਸਾਹਿਬ ਦਾ ਨਹੀਂ ਗੁਰੂ ਸਾਹਿਬ ਤਾਂ ਕਹਿੰਦੇ ਹੋਏ ਇਕੱਤਰ ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋ ਲਿਬਲਾਏ ਹਰ ਨਾਮੇ ਕੀ ਹੋਵੋ ਜੋੜੀ ਗੁਰਮੁਖ ਬੈਸੋ ਸਫਾ ਬਚਾਏ ਪ੍ਰੇਮ ਨਾਲ Hindu Musalman ਵੀ ਆਉਂਦੇ ਬਾਣੀ ਪੜਨ ਬਾਣੀ ਸੁਣਦੇ ਮਹਾਰਾਜ ਦੀ ਸੱਚੇ ਪਾਤਸ਼ਾਹ ਦੀ ਹਾਂਜੀ ਹੇਰਤ ਅਦਕਤ ਸ਼ਰਦਾ ਉਰ ਕੋ ਜਿਹੜਾ ਵੀ ਗੁਰੂ ਸਾਹਿਬ ਜਿਵੇਂ ਪਾਤਸ਼ਾਹ ਦਰਸ਼ਨ ਕਰੇ ਨਿਹਾਲ ਹੋ ਜਾਂਦਾ ਸ਼ਰਦਾ ਮੰਦ ਜਾਗ ਪੈਂਦੀ ਸ਼ਾਨ ਸ਼ਾਹ ਦੇ ਦਰਸ਼ਨੀ ਇਹੋ ਜਿਹੇ ਮਾਨ ਨੂੰ ਮੋਹਣ ਵਾਲੇ ਹਨ ਹਾਂਜੀ ਸੰਗ ਤੁਰਕ ਗਨ ਮਹਿਮਾ ਹਿਰ ਹਾਂ ਗੁਰੂ ਸਾਹਿਬ ਦੇ ਨਾਲ ਜਿਹੜੀ ਵਜ਼ੀਰ ਖਾਨ ਦੀ ਫੌਜ ਜਾ ਰਹੀ ਹੈ ਨਾ ਉਹ ਜ਼ਿਆਦਾਤਰ ਮੁਸਲਮਾਨ ਹੈ ਉਹ ਵੀ ਮਹਾਰਾਜ ਦੀ ਮਹਿਮਾ ਦੇਖਦੇ ਉਹ ਕਹਿੰਦੇ ਅਸੀਂ ਬੜੇ ਪੀਰਾਂ ਦੇ ਦਰਸ਼ਨ ਕੀਤੇ ਪਰ ਇੰਨਾ ਸਕੂਨ ਕਦੀ ਨਹੀਂ ਮਿਲਿਆ ਜਿੰਨਾ ਇਹਨਾਂ ਦੇ ਦਰਸ਼ਨ ਕਰਕੇ ਮਿਲਦਾ ਬੜੇ ਪ੍ਰਭਾਵਿਤ ਹੁੰਦੇ ਹਨ ਹਾਂਜੀ ਸੋਪ ਕਰਾ ਰਹਾ ਸਰਦਾ ਬਹੁ ਤੇਰੇ ਉਹ ਮੁਸਲਮਾਨ ਵੀ ਹੁਣ ਗੁਰੂ ਮਹਾਰਾਜ ਤੇ ਸਰਦਾ ਰੱਖਣ ਲੱਗ ਪਏ ਪਹਿਲਾਂ ਤਾਂ ਜਦੋਂ ਵਜ਼ੀਰ ਖਾਂ ਦੇ ਨਾਲ ਆਏ ਸੀ ਕਿਸੇ ਨੂੰ ਪਤਾ ਸੀ ਕਿਸੇ ਨੂੰ ਨਹੀਂ ਸੀ ਪਤਾ ਪਰ ਜਦੋਂ ਦੇਖ ਲਿਆ ਸਾਧ ਸੰਗਤ ਜੀ ਇੱਕ ਗੱਲ ਯਾਦ ਰੱਖਣਾ ਕੋਈ ਗੱਲ ਤੁਹਾਨੂੰ ਸਮਝ ਨਹੀਂ ਆਉਂਦੀ ਤੁਸੀਂ ਕੋਲ ਜਾ ਕੇ ਰਹਿਣ ਲੱਗ ਜਾਓ ਤੁਹਾਨੂੰ ਸਮਝ ਆ ਜਾਏਗੀ ਕੋਈ ਵੀ ਚੀਜ਼ ਹੈ ਕੋਈ ਵੀ ਐਵੇਂ ਦੂਰੋਂ ਆਪਾਂ ਕਿੰਤੂ ਪਰੰਤੂ ਕਰ ਦੇਣੇ ਹੁੰਦੇ ਆ ਕਿਸੇ ਬੰਦੇ ਬਾਰੇ ਕਿਸੇ ਸੰਤ ਬਾਰੇ ਕਿਸੇ ਗੁਰੂ ਬਾਰੇ ਕਿਸੇ ਸਥਾਨ ਬਾਰੇ ਉਟੰਗਣ ਕਰ ਦੇਣੀ 1 ਮਿੰਟ ਵਿੱਚ ਐਵੇਂ ਕੋਈ ਨਾ ਕੋਈ ਤੱਬਾ ਲਾ ਦੇਣਾ ਪਰ ਨੇੜੇ ਨਹੀਂ ਜਾਣਾ ਜੇ ਨੇੜੇ ਜਾਓਗੇ ਕੋਲ ਰਹੋਗੇ ਤੁਹਾਨੂੰ ਗੁਣ ਔਗਣ ਸਭ ਪਤਾ ਲੱਗ ਜਾਵੇਗਾ ਔਗਣ ਤਾਂ ਸਾਰੇ ਦੇਖਦੇ ਆ ਗੁਣ ਕੋਈ ਕੋਈ ਦੇਖਦਾ ਸੱਚੇ ਪਾਤਸ਼ਾਹ ਕਹਿੰਦੇ ਲੋਕ ਔਗਣਾ ਕੀ ਬੰਨਣਾ ਗੰਠੜੀ ਗੁਣ ਨਾ ਬਿਆਜੇ ਕੋਈ ਗੁਣ ਕਾ ਗਾਹਕ ਨਾਨਕਾ ਵਿਰਲਾ ਕੋਈ ਹੋਏ ਜਦੋਂ ਕੁਝ ਕੋਲ ਜਾਓਗੇ ਬਚਨ ਬਿਲਾਸ ਕਰੋਗੇ ਵੇਖੋਗੇ ਨਿਤਨੇਮ ਕੀ ਕਿਰਿਆ ਵੇਖੋਗੇ ਪਤਾ ਲੱਗੇਗਾ ਫਿਰ ਤੁੰ ਚੰਗਾ ਲੱਗੇਗਾ ਉਹ ਜਿਹੜੇ ਮੁਸਲਮਾਨ ਇਹ ਸਮਝਦੇ ਸੀ ਵੀ ਹਿੰਦੂ ਤਾਂ ਕਾਫਰ ਨੇ ਇਹ ਤਾਂ ਨਰਕਾਂ ਨੂੰ ਜਾਣਗੇ ਦੋਜਕ ਨੂੰ ਜਾਣਗੇ ਉਹਦੇ ਇਹੀ ਸਮਝਦੇ ਸੀ ਵੀ ਸਿਰਫ ਅਸੀਂ ਜੰਨਤ ਜਾਣਾ ਬਾਕੀ ਤੇ ਸਾਰੀ ਦੁਨੀਆ ਐਵੇਂ ਹੀ ਹੈ ਜਦੋਂ ਮਹਾਰਾਜ ਸਾਹਿਬ 6ਵੇਂ ਪਾਦਸ਼ਾਹ ਦੇ ਦਰਸ਼ਨ ਕੀਤੇ ਫਿਰ ਸਮਝ ਆਈ ਵੀ ਇੱਥੇ ਤਾਂ ਹਿੰਦੂ ਮੁਸਲਮਾਨ ਦਾ ਵਿਤਕਰਾ ਕੋਈ ਹੈ ਹੀ ਨਹੀਂ ਇੱਥੇ ਤਾਂ ਅਕਾਲ ਪੁਰਖ ਦੀ ਜੋਤ ਦਾ ਪ੍ਰਕਾਸ਼ ਹੈ ਇੱਥੇ ਤਾਂ ਨੂਰ ਵਸ ਰਿਹਾ ਰੱਬੀ ਅਵਲ ਅੱਲਾਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ જગ ਉਪਜਾ ਕੌਣ ਭਲੇ ਕੋ ਬੰਦੇ ਇਹ ਕੌਤਕ ਵੇਖੇ ਉਹ ਮੁਸਲਮਾਨ ਵੀ ਸ਼ਰਧਾਲੂ ਬਣ ਗਏ ਸੱਚੇ ਪਾਤਸ਼ਾਹ ਦੇ ਹਾਂਜੀ ਇਸ ਬਦਕੇਤੇ ਕੇ ਦਿਨ ਪ੍ਰਸਥਾਨ ਨੇ ਇਸ ਪ੍ਰਕਾਰ ਮਹਾਰਾਜ ਸਾਹਿਬ ਛੇਵੇਂ ਪਾਤਸ਼ਾਹ ਜੀ ਕਈ ਦਿਨ ਲਗਾਤਾਰ ਤੁਰੇ ਜਾਂਦੇ ਆ ਦਿੱਲੀ ਵੱਲ ਜਾ ਰਹੇ ਹਨ ਹਾਂਜੀ ਕਰਮ ਕਰ ਸਕਲ ਪੰਥ ਉਲਗਾਨੇ ਕਦਮ ਕਦਮ ਕਰਦੇ ਕਰਮ ਕਰਮ ਕਰਦੇ ਸੱਚੇ ਪਾਸ਼ਾ ਸਾਰਾ ਪਿੰਡ ਅਤੈ ਕਰ ਗਏ ਹਨ ਅੰਦ ਬ੍ਰਿਧ ਗੁਰੂ ਦਾਸ ਮਸੰਦ ਜੇ ਸਾਰੇ ਪਿੱਛੇ ਜਿਹੜੇ ਛੱਡ ਗਏ ਨੇ ਬਾਬਾ ਬੁੱਢਾ ਜੀ ਨੂੰ ਭਾਈ ਗੁਰਦਾਸ ਜੀ ਵਰਗਿਆਂ ਨੂੰ ਹਾਂਜੀ ਗੁਰ ਰਖ ਸਦ ਕਰ ਸਦ ਨ ਸਿਹਾਰੇ ਉਹ ਗੁਰੂ ਸਾਹਿਬ ਨੂੰ ਵਿਦਾ ਕਰਕੇ ਵਾਪਸ ਮਾਤਾ ਜੀ ਕੋਲ ਪਹੁੰਚ ਗਏ ਮਿਲੇ ਮਾਤਾ ਗੰਗਾ ਕੋ ਜਾਈ ਮਾਤਾ ਗੰਗਾ ਜੀ ਨੂੰ ਜਾ ਕੇ ਮਿਲੇ ਹਨ ਭਾਈ ਗੁਰਦਾਸ ਸਾਧਕ ਸਾਰੇ ਸਿੱਖ ਬਤ ਸੰਨ ਢਿਗ ਜਿਮ ਧੇਨ ਲਵਾਈ ਜਿਵੇਂ ਕਹਿੰਦੇ ਗਊ ਆਪਣੇ ਬੱਚੇ ਨੂੰ ਪਿਆਰ ਕਰਦੀ ਹੈ ਨਾ ਇਹਦਾ ਮਾਂ ਆਪਣੇ ਪੁੱਤਰ ਨੂੰ ਪਿਆਰ ਕਰਦੀ ਹੈ ਧਨਮਾਤਾ ਗੰਗਾ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਤੋਂ ਬਿਨਾਂ ਕੁਝ ਵਿਆਕਲ ਹੋਣੇ ਸ਼ੁਰੂ ਹੋ ਗਏ ਨੇ ਇੱਕ ਦਿਨ ਵੀ ਆਪਣੇ ਪੁੱਤਰ ਸਤਗੁਰੂ ਛੇਵੇਂ ਪਾਤਸ਼ਾਹ ਨੂੰ ਅੱਖਾਂ ਤੋਂ ਉਹਲੇ ਨਹੀਂ ਸੀ ਕੀਤਾ ਹੁਣ ਪਤਾ ਨਹੀਂ ਕਦੋਂ ਆਉਣਗੇ ਇਹ ਗੱਲ ਮਨ ਨੂੰ ਸਤਾ ਰਹੀ ਹੈ ਹਾਂਜੀ ਸਿਮਰਤ ਸੁਤ ਕੋ ਰਦਾ ਦੋਹੇਲੀ ਮਾਤਾ ਗੰਗਾ ਜੀ ਆਪਣੇ ਪੁੱਤਰ ਨੂੰ ਯਾਦ ਕਰ ਕਰਕੇ ਦੁਖੀ ਹੋ ਰਹੇ ਹਨ ਮੋਨ ਠਾਨ ਕਰ ਥਰੀ अकेਲੀ ਤੇ ਇਕੱਲੇ ਬੈਠੇ ਨੇ ਚੁੱਪ ਕਰਕੇ ਮਨ ਦੇ ਵਿੱਚ ਚੈਨ ਨਹੀਂ ਆ ਰਿਹਾ ਵੀ ਕਦੋਂ ਸਮਾ ਆਵੇਗਾ ਜਦੋਂ ਮੇਰੀ ਅੱਖਾਂ ਦੇ ਤਾਰੇ ਸ੍ਰੀ ਹਰਿ ਗੁਬਿੰਦ ਸਾਹਿਬ ਵਾਪਸ ਆਉਣਗੇ ਹਾਂਜੀ ਬਾਤ ਬ੍ਰਤੰਤ ਕੋ ਚਿਤਵਤ ਚਿੰਤਾ ਮਾਤਾ ਗੰਗਾ ਜੀ ਨੂੰ ਆਪਣੇ ਪਤੀ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਦੀ ਗੱਲ ਯਾਦ ਕਰਕੇ ਵੀ ਚਿੰਤਾ ਹੁੰਦੀ ਹੈ ਜਦੋਂ ਉਹ ਬਿਰਤਾਂਤ ਚੇਤੇ ਆਉਂਦਾ ਹੈ ਕਿ ਇਹਨਾਂ ਦੁਸ਼ਟਾਂ ਨੇ ਪਾਪੀਆਂ ਨੇ ਬੁਲਾਇਆ ਸੀ ਤੇ ਗੁਰੂ ਸਾਹਿਬ ਪੰਜਵੇਂ ਪਾਤਸ਼ਾਹ ਬਾਦਸ਼ਾਹ ਦੇ ਸੱਤੇ ਤੇ ਹੀ ਗਏ ਸੀ ਤੇ ਉੱਥੇ ਕੀ ਭਾਣੇ ਵਰਤ ਗਏ ਮਹਾਰਾਜ ਵਾਪਸ ਹੀ ਨਹੀਂ ਆਏ ਸੱਚੇ ਪਾਤਸ਼ਾਹ ਨੂੰ ਤਤੀਆਂ ਤਵੀਆਂ ਤੇ ਵਹਾ ਕੇ ਸ਼ਹੀਦ ਹੀ ਕਰ ਦਿੱਤਾ ਜ਼ਾਲਮਾਂ ਨੇ ਉਹ ਗੱਲ ਨੂੰ ਜਦੋਂ ਚੇਤੇ ਕਰਦੀ ਹੈ ਮਾਤਾ ਗੰਗਾ ਤਾਂ ਚਿੰਤਾ ਹੁੰਦੀ ਹੈ ਹਾਂਜੀ ਤੁਰਕੇਸ਼ਰ ਸੁਧ ਨਹੀਂ ਲਖਨਤਾ ਸੋਚਦੀ ਹੈ ਮਾਤਾ ਬਾਦਸ਼ਾਹ ਨੂੰ ਇੰਨੀ ਸਮਝ ਕੋਈ ਨਹੀਂ ਕਿਉਂਕਿ ਬਾਦਸ਼ਾਹ ਲੋਕ ਮਤਸਬੀ ਹੁੰਦੇ ਨੇ ਇਹਨਾਂ ਨੂੰ ਕੀ ਪਤਾ ਗੁਰੂਆਂ ਪੀਰਾਂ ਮਹਾਂਪੁਰਸ਼ਾਂ ਦੀ ਵਡਿਆਈ ਕੀ ਹੁੰਦੀ ਹੈ ਹਾਂਜੀ ਖਤਰੀ ਛਤਰ ਵਧਿਓ ਤਿਸ ਪਾਸੀ ਦੂਜੇ ਪਾਸੇ ਚੰਦੂ ਖਤਰੀ ਗੁਰੂ ਘਰ ਦਾ ਬੈਰੀ ਬਣਿਆ ਹੋਇਆ ਉਹ ਬਾਦਸ਼ਾਹ ਦੀ ਕਚਹਿਰੀ 'ਚ ਮੋਤ ਪਰ ਬੰਦਿਆਂ 'ਚ ਗਿਣਿਆ ਜਾਂਦਾ ਉਹਦੀ ਉਸ ਕਚਹਿਰੀ 'ਚ ਪੂਰੀ ਚੱਲਦੀ ਹੈ ਹਾਂਜੀ ਗਾਨਾ ਛਲ ਬਲ ਕੋ ਕਰਤ ਪ੍ਰਕਾਸ਼ੀ ਉਹ ਚੰਦੂ ਖੱਤਰੀ ਬੜੇ ਹੀ ਛਲ ਬਲ ਕਪਟ ਕਰਦਾ ਹੈ ਗੁਰੂ ਮਹਾਰਾਜ ਸਾਹਿਬ ਜੀ ਦੇ ਖਿਲਾਫ ਪੰਜਵੇਂ ਪਾਤਸ਼ਾਹ ਦੇ ਖਿਲਾਫ ਉਹਨੇ ਬੜੀਆਂ ਸਾਜ਼ਸ਼ਾਂ ਕਰਕੇ ਮਹਾਰਾਜ ਨੂੰ ਸੱਦਿਆ ਸੀ ਅਬ ਭੀ ਚਾਰੀ ਕ ਕਰ ਬਲਵਾਏ ਹੁਣ ਵੀ ਸਾਰੀ ਸ਼ਰਾਰਤ ਚੰਦੂ ਨੇ ਕੀਤੀ ਹੈ ਚੁਗਲੀਆਂ ਕਰ ਕਰਕੇ ਕਰ ਕਰਕੇ ਬਾਦਸ਼ਾਹ ਦੇ ਕੰਨ ਭਰੇ ਨੇ ਤੇ ਗੁਰੂ ਸਾਹਿਬ ਛੇਵੇਂ ਪਾਦਸ਼ਾਹ ਨੂੰ ਵੀ ਦਿੱਲੀ ਸੱਦ ਲਿਆ ਪਹਿਲਾਂ ਪੰਜਵੇਂ ਪਾਦਸ਼ਾਹ ਨੂੰ ਸੱਦਿਆ ਸੀ ਹੁਣ ਛੇਵੇਂ ਪਾਦਸ਼ਾਹ ਨੂੰ ਸੱਦ ਲਿਆ ਹੈ ਇਹ ਮੈਂ ਬੈਠੀ ਸੋਚੇ ਤ ਦੁੱਖ ਪਾਏ ਇਸ ਤਰ੍ਹਾਂ ਮਾਤ ਗੰਗਾ ਜੀ ਬੈਠੇ ਸੋਚੀ ਜਾਂਦੇ ਆ ਵੀ ਇਹ ਗੁਰੂ ਨਾਨਕ ਜੀ ਭਲਾ ਹੀ ਕਰਿਆ ਜੀ ਮੇਰੇ ਪੁੱਤਰ ਦੇ ਅੰਗ ਸੰਗ ਰਿਹਾ ਜੀ ਇੰਉਂ ਅਰਦਾਸਾਂ ਵੀ ਮਾਤਾ ਕਰਦੀ ਹੈ ਹਾਂਜੀ ਹੱਥ ਜੋੜ ਬ੍ਰਿਧ ਨੇ ਤਬ ਕਹਿਓ ਤਾਂ ਬਾਬਾ ਬੁੱਢਾ ਸਹਿਬ ਜੀ ਹੱਥ ਜੋੜ ਕੇ ਮਾਤਾ ਜੀ ਨੂੰ ਕਹਿਣ ਲੱਗੇ ਕਿਉਂ ਮਾਤਾ ਇਹ ਤੋਂ ਦੁੱਖ ਲਹਿਓ ਮਾਤਾ ਜੀ ਤੁਸੀਂ ਇੰਨੇ ਦੁਖੀ ਕਿਉਂ ਹੁੰਦੇ ਹੋ ਇੰਨੇ ਪਰੇਸ਼ਾਨ ਕਿਉਂ ਹੁੰਦੇ ਹੋ ਅੰਤਰਿਤ ਮਾਰੋ ਪ੍ਰਭੂ ਬਲੀ ਹੈ ਤੁਹਾਡੇ ਪੁੱਤਰ ਪਰਮੇਸ਼ਰ ਦਾ ਅਵਤਾਰ ਹਨ ਮਹਾਬਲੀ ਹਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਕੋਈ ਸਧਾਰਨ ਪੁੱਤਰ ਨਹੀਂ ਉਹ ਤਾਂ ਮਹਾਬਲੀ ਯੋਧੇ ਅਵਤਾਰ ਤੁਹਾਡੀ ਕੁੱਖ ਤੋਂ ਪੈਦਾ ਹੋਏ ਨੇ ਉਹਨਾਂ ਨੂੰ ਕੋਈ ਨਹੀਂ ਨੁਕਸਾਨ ਪਹੁੰਚਾ ਸਕਦਾ ਹਾਂਜੀ ਕਰ ਹੈ ਤਹਾਂ ਸਭ ਬਾਤ ਭਰੀ ਹੈ ਉਹ ਜਿਹੜੇ ਕੰਮ ਲਈ ਗਏ ਨੇ ਨਾ ਉਹ ਕੰਮ ਪੂਰਾ ਕਰਕੇ ਆਉਣਗੇ ਉਹ ਭਲਾਈ ਕਰਨਗੇ ਉਹਨਾਂ ਨੇ ਜਾਇਜਾਕਾਰ ਕਰ ਦੇਣੀ ਗੁਰੂ ਨਾਨਕ ਦੇ ਘਰ ਦੀ ਹਾਂਜੀ ਸਗਰੋ ਜਗ ਸਿਰਜਨ ਅਰਹਾਨ ਉਹ ਐਡੇ ਸਮਰਾਥ ਨੇ ਸਾਰੀ ਸ੍ਰਿਸ਼ਟੀ ਨੂੰ ਰਚ ਵੀ ਸਕਦੇ ਨੇ ਉਹ ਸਾਰੀ ਸ੍ਰਿਸ਼ਟੀ ਨੂੰ ਸਮੇਟ ਵੀ ਸਕਦੇ ਨੇ ਸਭ ਕੁਝ ਉਹਨਾਂ ਦੇ ਹੱਥ ਵਿੱਚ ਹੈ ਭੰਨਣ ਘੜਨ ਸਮਰਾਥਨ ਸਹਿਬ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪੰਜ ਪਿਆਲੇ ਪੰਜ ਪੀਰ ਛਟਮ ਪੀਰ ਬੈਠਾ ਗੁਰੂ ਪਹਾਰੀ ਅਰਜਨ ਕਾਇਆ ਪਲਟ ਕੇ ਮੂਰਤ ਹਰਗੋਬਿੰਦ ਸਵਾਰੀ ਜਲਦੀ ਪੀੜੀ ਛੋਡੀਆਂ ਰੂਪ ਦਿਖਾਵਣ ਵਾਰੋ-ਵਾਰੀ ਦਲ ਭੰਜਨ ਗੁਰੂ ਸੂਰਮਾ ਬੜ ਜੋਧਾ ਬਹੁ ਪਰਵਕਾਰੀ ਇਹੋ ਜੇ ਮਹਾਬਲੀ ਜੋਧੇ ਸਤਗੁਰਾਂ ਵਾਸਤੇ ਸਾਨੂੰ ਫਿਕਰ ਨਹੀਂ ਕਰਨਾ ਚਾਹੀਦਾ ਹਾਂਜੀ ਨਿਜ ਬਲ ਤੇ ਕਰ ਸਕਹਿ ਮਹਾਨ ਉਹ ਮਹਾਬਲੀ ਅਵਤਾਰ ਜੋਧੇ ਆਪਣੇ ਬਲ ਨਾਲ ਹੀ ਮਹਾਨ ਤੋਂ ਮਹਾਨ ਕਾਰਜ ਕਰ ਸਕਦੇ ਉਹਦੇ ਚ ਕੀੜੀ ਨੂੰ ਥਾਪੀ ਦੇ ਕੇ ਹਾਥੀ ਨੂੰ ਮਰਵਾ ਸਕਦੇ ਹਾਂਜੀ ਬੱਡੇ ਗੁਰਿੰਦਸ ਸਮਝ ਨੋ ਨਾਹੀ ਉਹ ਜਿਵੇਂ ਪਾਤਸ਼ਾਹ ਜੀ ਦਿੱਲੀ ਗਏ ਨੇ ਕੋਈ ਖਾਸ ਪ੍ਰਯੋਜਨ ਹੈ ਉਹ ਕੰਮ ਕਰਕੇ ਆਉਣਾ ਚੰਦੂ ਨੂੰ ਮਾਰਨਾ ਕੁੱਤੇ ਦੀ ਮੌਤ ਮਾਰਨਾ ਇਹ ਕਾਰਜ ਛਾਡਾ ਬਹੁਤ ਵੱਡਾ ਕਾਰਜ ਹੈ ਜ਼ਿੰਮੇਵਾਰੀ ਦਾ ਕਾਰਜ ਹੈ ਇਹ ਕਰਕੇ ਆਉਣਗੇ ਮਹਾਰਾਜ ਜਿਵੇਂ ਵੱਡੇ ਮਹਾਰਾਜ ਗਏ ਸੀ ਗੁਰੂ ਅਰਜਨ ਦੇਵ ਜੀ ਓਦਾਂ ਨਾ ਤੁਸੀਂ ਸਮਝੋ ਓਦਾਂ ਦਾ ਕੋਈ ਭਾਣਾ ਨਹੀਂ ਵਰਤੇਗਾ ਹਾਂਜੀ ਤਨ ਕੋ ਅੰਤ ਸਮੋ ਲਖ ਨਾ ਤਾਹੀ ਮਹਾਰਾਜ ਦਾ ਤਾਂ ਪੰਜਵੇਂ ਪਾਸ਼ਾ ਦਾ ਸਰੀਰ ਛੱਡਣ ਦਾ ਸਮਾਂ ਆ ਗਿਆ ਸੀ ਉਹਨਾਂ ਨੇ ਇਸ ਕਰਕੇ ਸਾਰੀ ਲੀਲਾ ਕਰ ਗਏ ਉਹ ਪਹਿਲਾਂ ਹੀ ਗੱਦੀ ਵਿੱਚਵੇਂ ਪਾਸ਼ਾ ਨੂੰ ਪਹਿਲਾਂ ਦੇ ਕੇ ਉਹਨੂੰ ਪਤਾ ਸੀਗਾ ਵੀ ਅਸੀਂ ਲੋਰਗੇ ਵਾਪਸ ਆਉਣਾ ਨਹੀਂ ਇਸੇ ਕਰਕੇ ਗੱਦੀ ਦੇ ਗਏ ਨਾ ਛਵੇਂ ਪਾਸ਼ਾ ਨੂੰ ਉਹ ਆਪ ਹੀ ਕਰ ਰਹੇ ਸੀ ਚੰਦੂ ਵਿਚਾਰਾ ਕੀ ਚੀਜ਼ ਹੈ ਚੰਦੂ ਦੀ ਕੀ ਔਕਾਤ ਹੈ ਜਹਾਂਗੀਰ ਦੀ ਕੀ ਔਕਾਤ ਹੈ ਮਾਰੇ ਪੰਜਵੇਂ ਪਾਸ਼ਾ ਨੂੰ ਸ਼ਹੀਦ ਕਰ ਦਿੰਦੇ ਉਹ ਤਾਂ ਆਪਣੀ ਲੀਲਾ ਕਰ ਰਹੇ ਸੀ ਆਪਣੀ ਮਰਜ਼ੀ ਨਾਲ ਹੀ ਨਚਾ ਰਹੇ ਸੀ ਚੰਦੂ ਤੇ ਉਹਨਾਂ ਦੀ ਕਠਪੁਤਲੀ ਹੈ ਮਾਲਕ ਆਪ ਹਨ ਸੱਚੇ ਪਾਤਸ਼ਾਹ ਜੀ ਤੇ ਉਹ ਬਹਾਨਾ ਬਣਾਉਣਾ ਸੀ ਇਹਨਾਂ ਜ਼ਾਲਮਾਂ ਦਾ ਪਾਪੀਆਂ ਦਾ ਰਾਜ ਨਸ਼ਟ ਕਰਨਾ ਸੀ ਇਸ ਕਰਕੇ ਸੱਚੇ ਪਾਤਸ਼ਾਹ ਜੀ ਗਏ ਨੇ ਉਹਨਾਂ ਨੂੰ ਕੋਈ ਮਾਰ ਨਹੀਂ ਸਕਦਾ ਉਹਨਾਂ ਨੂੰ ਕੋਈ ਤਸੀਹੇ ਵੀ ਨਹੀਂ ਦੇ ਸਕਦਾ ਉਹਨਾਂ ਨੂੰ ਕੋਈ ਤਤੀ ਤਵੇ ਵੀ ਜ਼ਬਰਦਸਤੀ ਥੋੜਾ ਬਿਠਾ ਸਕਦਾ ਉਹ ਤਾਂ ਸਭ ਕੁਝ ਆਪ ਹੀ ਆਪਣੀ ਮਰਜ਼ੀ ਨਾਲ ਹੀ ਖੇਡ ਕਰ ਗਏ ਨੇ ਮਾਤਾ ਜੀ ਉਹਨਾਂ ਦੀ ਤਰ੍ਹਾਂ ਛੇਵੇਂ ਪਾਤਸ਼ਾਹ ਨੇ ਨਹੀਂ ਕਰਨਾ ਇਹਨਾਂ ਨੇ ਹੋਰ ਖੇਡ ਰਚਾਣੀ ਹੈ ਇਹਨਾਂ ਨੇ ਜਾ ਕੇ ਉੱਥੇ ਪਤਾ ਨਹੀਂ ਕਿ ਕਿਹੋ ਜਿਹੇ ਲੋਕਾਂ ਦੀਆਂ ਰੂਹਾਂ ਨੂੰ ਸੰਸਾਰ ਕਰਨਾ ਕਿਹੜੇ ਕਿਹੜੇ ਬੈਠੇ ਨੇ ਜੇਲ੍ਹ ਦੇ ਵਿੱਚ 52 ਰਾਜੇ ਉਹਨਾਂ ਨੂੰ ਛੁਡਾਉਣਾ ਫਿਰ ਚੰਦੂ ਦੋਖੀ ਨੂੰ ਨੱਥ ਪਾਣੀ ਹੈ ਉਹ ਸਾਰਾ ਕੰਮ ਕਰਨ ਲਈ ਗਏ ਨੇ ਦੇ ਕਰ ਸਿਰ ਚੰਦੂ ਕੇ ਦੋਸ਼ ਚੰਦੂ ਦੇ ਸਿਰ ਦੋਸ਼ ਦੇ ਕੇ ਚੰਦੂ ਨੂੰ ਝੂਠਾ ਪਾ ਕੇ ਫੜਨਗੇ ਗਏ ਬੇਕੌਂਠ ਰਹੇ ਬਿਨ ਰੋਸ ਮਹਾਰਾਜ ਪੰਜਵੇਂ ਪਾਤਸ਼ਾਹ ਨੇ ਆਪਣੀ ਸ਼ੀਸ਼ਦੀ ਪਾ ਕੇ ਚੰਦੂ ਨੂੰ ਕਲੰਕੀ ਕਰ ਦਿੱਤਾ ਬਾਦਸ਼ਾਹਾਂ ਦੀ ਇਨ੍ਹਾਂ ਜ਼ਾਲਮਾਂ ਦੀ ਹਕੂਮਤ ਦੀਆਂ ਜੜਾਂ ਜੜੀਆਂ ਹਿਲਾ ਕੇ ਰੱਖ ਦਿੱਤੀਆਂ ਹੁਣ ਰਹਿ ਗਈਆਂ ਪੁੱਟਣੀਆਂ ਹਿੱਲੀਆਂ ਦੇ ਪਹੀਆਂ ਨੇ ਪੁੱਟਣਗੇ ਸ਼ੇਮੇ ਪਾਤਸ਼ਾਹ ਹਾਂਜੀ ਬਿਤ ਕੋ ਪਲਟੋ ਅਬ ਇਹ ਲਹਾ ਸ਼ੇਮੇ ਪਾਤਸ਼ਾਹ ਜਾ ਕੇ ਆਪਣੇ ਪਿਤਾ ਗੁਰਦੇਵ ਮਹਾਰਾਜ ਗੁਰੂ ਅਰਜਨ ਦੇਵ ਜੀ ਦੀ ਸ਼ੀਦੀ ਦਾ ਬਦਲਾ ਲੈਣਗੇ ਹਾਂਜੀ ਮਿਲ ਹੈ ਸ਼ਾਹੋ ਸੋ ਸ਼ਤਰੂ ਦਹ ਔਰ ਬਾਦਸ਼ਾਹ ਨੂੰ ਮਿਲਣਗੇ ਜਿਹੜਾ ਗੁਰੂ ਘਰ ਦਾ ਦੁਖੀ ਚੰਦੂ ਹੈ ਉਹਨੂੰ ਖਤਮ ਕਰਨਗੇ ਸਾੜਨਗੇ ਉਸਨੂੰ ਨਰਕਾਂ ਦੀ ਅੱਗ ਵਿੱਚ ਨਹਿ ਚਿੰਤਾ ਚਿਤ ਕੀ ਜਹ ਮਾਈ اے ਮਾਤਾ ਜੀ ਮਾਨਵ ਜੀ ਚਿੰਤਾ ਨਾ ਕਰੋ ਮਿਲ ਹੈ ਪੁੱਤਰ ਸੋ ਆਨੰਦ ਉਪਾਈ ਥੋੜੇ ਦਿਨਾਂ ਨੂੰ ਤੁਹਾਡੇ ਲਾਲ ਗੁਰੂ ਅਰਗੁਬਿੰਦ ਸਾਹਿਬ ਖੁਸ਼ੀਆਂ ਦੇ ਵਾਜੇ ਵਜਾ ਕੇ ਜਿੱਤ ਦੇ ਨਗਾਰੇ ਵਜਾ ਕੇ ਆਉਣਗੇ ਤੇ ਤੁਹਾਨੂੰ ਮਿਲਣਗੇ ਹਾਂਜੀ ਸੁਖ ਪੌਤਰਨ ਕੋ ਕਰਹ ਨਿਹਾਰਨ ਅਜੇ ਤੇ ਤੁਹਾਡੇ ਮਾਤਾ ਜੀ ਪੋਤਰੇ ਹੋਣੇ ਨੇ ਬਾਬਾ ਬੁੱਢਾ ਜੀ ਵਰ ਵੀ ਦਈ ਜਾਂਦੇ ਨਾਲ 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 ਵਰ ਦਈ ਜਾਂਦੇ ਬਾਬਾ ਜੀ ਮਾਤਾ ਜੀ ਅਜੇ ਤੁਸੀਂ ਪੋਤਰਿਆਂ ਦਾ ਸੁੱਖ ਵੇਖਣਾ ਤੁਹਾਡੇ ਪੋਤਰੇ ਹੋਣਗੇ ਪੜਪੋਤਰੇ ਹੋਣਗੇ ਤੁਹਾਡਾ ਬੜਾ ਵੱਡਾ ਵੰਸ ਚੱਲੇਗਾ ਹਾਂਜੀ ਸਾਚ ਬਚਨਮਮ ਕਰ ਉਰਤਾਰਨ ਮੇਰਾ ਬਚਨ ਸੱਚਾ ਜਾਣੋ ਮਾਤਾ ਜੀ ਛੇਵੇਂ ਪਾਤਸ਼ਾਹ ਵਾਪਸ ਆਉਣਗੇ ਕਿਉਂਕਿ ਜਦੋਂ ਮਹਾਰਾਜ ਗਵਾਲੀਅਰ ਗਏ ਨਾ ਉਦੋਂ ਸਹਬ ਜਿਆਦਾ ਨਹੀਂ ਸੀ ਕੋ ਹੋਇਆ ਉਦੋਂ ਮਹਾਰਾਜ ਸਾਹਿਬ ਜੀ ਗੁਰੂ ਹਰਗੋਬਿੰਦ ਸਾਹਿਬ ਦੇ ਘਰ ਸੰਤਾਨ ਨਹੀਂ ਸੀ ਹੋਈ ਅਜੇ ਚੜ੍ਹਦੀ ਉਮਰ ਹੀ ਸੀਗੀ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਬਾਦਸ਼ਾਹ ਨੇ ਸੱਦ ਲਿਆ ਕਿਉਂਕਿ ਮਹਾਰਾਜ ਦੀਆਂ ਗਤੀਵਿਧੀਆਂ ਗੜੀਆਂ ਸੀ ਜੰਗੀ ਸਨ ਉਹ ਜੰਗੀ ਗਤੀਆਂ ਵਧੀਆਂ ਤੋਂ ਸਰਕਾਰ ਡਰ ਗਈ ਵੀ ਇਹ ਤਾਂ ਕੋਈ ਬੜਾ ਵੱਡਾ ਮਖੇੜਾ ਕਰ ਦੇਣਗੇ ਖੜਾ ਇਸ ਕਰਕੇ ਮਹਾਰਾਜ ਨੂੰ ਬੇਨਤੀ ਕੀਤੀ ਵੀ ਦਿੱਲੀ ਆਓ ਸੋ ਮਹਾਰਾਜ ਹੁਣ ਦਿੱਲੀ ਜਾ ਰਹੇ ਨੇ ਤੇ ਮਾਤਾ ਜੀ ਚਿੰਤਾ ਕਰ ਰਹੀ ਹੈ ਵੀ ਦਿੱਲੀ ਗਏ ਪਤਾ ਨਹੀਂ ਕੀ ਹੋਣਾ ਉੱਥੇ ਕੋਈ ਭਾਣਾ ਨਾ ਵਰਤ ਜਾਵੇ ਬਾਬਾ ਬੁੱਢਾ ਜੀ ਕਹਿੰਦੇ ਚਿੰਤਾ ਨਾ ਕਰੋ ਛੇਵੇਂ ਪਾਸ਼ਾ ਆ ਕੇ ਤੁਹਾਨੂੰ ਬੜੀਆਂ ਖੁਸ਼ੀਆਂ ਦੇਣਗੇ ਅਜੇ ਤੇ ਤੁਸੀਂ ਪੋਤਰਿਆਂ ਦਾ ਮੂੰਹ ਵੇਖਣਾ ਪੋਤਰਿਆਂ ਦੇ ਵਿਆਹ ਵੇਖਣੇ ਮਾਤਾ ਜੀ ਹਾਂ ਜੀ ਇਤਿਹਾਸਿਕ ਬਹੁ ਬ੍ਰਿਧ ਸਮਝਾਈ ਇਦਾਂ ਬਾਬਾ ਬੁੱਢਾ ਸਾਹਿਬ ਨੇ ਮਾਤਾ ਦਾ ਹੌਸਲਾ ਵਧਾਤਾ ਮਾਤਾ ਨੂੰ ਉਸ ਬਾਬਾ ਜੀ ਦਾ ਬਚਨ ਸਾਰਾ ਪੰਥ ਮੰਨਦਾ ਸੀ ਮਾਤਾ ਗੰਗਾ ਜੀ ਨੂੰ ਇਹ ਤੇ ਵਿਸ਼ਵਾਸ ਸੀ ਵੀ ਜੋ ਬਾਬਾ ਬੁੱਢਾ ਸਾਹਿਬ ਜੀ ਦੀ ਰਸਨਾ ਤੋਂ ਬਚਨ ਨਿਕਲਦਾ ਨਾ ਅਟੱਲ ਹੀ ਹੁੰਦਾ ਨਾਨਕ ਦਾਸ ਮੁਖ ਤੇ ਜੋ ਬੋਲੇ ਈहां ਉहां ਸੱਚ ਹੋ ਗਏ ਹਾਂ ਜੀ ਕਹੇ ਬ੍ਰਿਧ ਕੇ ਸ਼ਾਂਤ ਸੋਪਾਈ ਬਾਬਾ ਬੁੱਢਾ ਸਾਹਿਬ ਜੀ ਦੇ ਬਚਨ ਸੁਣ ਕੇ ਮਾਤਾ ਜੀ ਨੂੰ ਸ਼ਾਂਤੀ ਹੋਈ ਹਾਂਜੀ ਨਿਤ ਗੰਗਾ ਗੁਰੂ ਨਾਨਕ ਧਿਆਵਾ ਮਾਤਾ ਗੰਗਾ ਜੀ ਹਰ ਰੋਜ਼ ਸਵੇਰੇ ਉੱਠ ਕੇ ਗੁਰੂ ਨਾਨਕ ਸਾਹਿਬ ਨੂੰ ਧਿਆਉਂਦੇ ਅਰਦਾਸਾਂ ਕਰਦੇ ਰਹਿੰਦੇ ਬਾਣੀ ਪੜ੍ਹਦੇ ਰਹਿੰਦੇ ਨਿਤਨੇਮ ਕਰਦੇ ਸਾਰਾ ਸਾਰਾ ਦਿਨ ਕਦੀ ਸੁਖਮਣੀ ਸਾਹਿਬ ਕਦੀ ਜਪਜੀ ਸਾਹਿਬ ਕਦੀ ਬਾਵਨ ਅਖਰੀ ਕਦੀ ਦੱਖਣੀ ਓੰਕਾਰ ਕਦੀ ਸਿੱਧ ਗੋਸ਼ਟ ਗੁਰਬਾਣੀਆਂ ਹੀ ਪੜ੍ਹਦੇ ਰਹਿੰਦੇ ਨਾਲ ਅਰਦਾਸਾਂ ਕਰਦੇ ਰਹਿੰਦੇ ਵੀ ਮਹਾਰਾਜ ਸਾਡੇ ਪੁੱਤਰ ਤੁਹਾਡਾ ਹੀ ਰੂਪ ਹਨ ਛੇਵੇਂ ਪਾਤਸ਼ਾਹ ਉਹਨਾਂ ਨੂੰ ਛੇਤੀ ਵਾਪਸ ਲੈ ਕੇ ਆਓ ਹਾਂਜੀ ਕਰਹ ਤੇ ਹਾਵਲ ਬਹੁ ਵਰਤਾਵਾਂ ਮਾਤਾ ਜੀ ਕਿੜਾ ਪ੍ਰਸ਼ਾਦ ਦੀਆਂ ਦੇਗਾ ਹਰ ਮੰਦਰ ਸਾਹਿਬ ਚੜਾਉਂਦੇ ਸਾਰਾ ਸਾਰਾ ਦਿਨ ਦੇਗਾ ਵਰਤਦੀਆਂ ਰਹਿੰਦੀਆਂ ਸੰਗਤਾਂ ਵੀ ਅਰਦਾਸਾਂ ਕਰਦੀਆਂ ਰਹਿੰਦੀਆਂ ਵੀ ਮਹਾਰਾਜ ਛੇਤੀ ਵਾਪਸ ਆ ਜਾਣ ਹਾਂਜੀ ਨਿਜ ਕਰ ਕੀ ਨਿਤ ਤੋਰ ਹੈ ਕਾਰੀ ਮਾਤਾ ਗੰਗਾ ਜੀ ਗੁਰੂ ਘਰ ਦੀ ਸਾਰੀ ਜ਼ਿੰਮੇਵਾਰੀ ਆਪ ਦੇਖਦੇ ਭਾਈ ਗੁਰਦਾਸ ਜੀ ਬਾਬਾ ਬੁੱਢਾ ਜੀ ਭਾਈ ਸਾਲੋ ਜੀ ਮੁਖੀ ਗੁਰੂ ਘਰ ਦੇ ਜਿਹੜੇ ਸਿੱਖ ਨੇ ਭਾਈ ਭਗਤੂ ਭਾਈ ਬਹਿਲੋ ਹੋਰ ਵੀ ਸਿੱਖ ਆ ਆ ਕੇ ਸੇਵਾ ਸੰਭਾਲਦੇ ਜਿਹੜੀ ਜਿਹੜੀ ਕਿਸੇ ਦੀ ਸੇਵਾ ਲੱਗੀ ਹੈ ਸਾਰੇ ਕਰਦੇ ਹਨ ਸੰਗਤ ਆਵੇ ਸਦਾ ਹਜ਼ਾਰੀ ਹਜ਼ਾਰਾਂ ਹੀ ਸੰਗਤਾਂ ਅੰਮ੍ਰਿਤਸਰ ਪਹੁੰਚਦੀਆਂ ਹਰ ਮੰਦਰ ਮਹਿ ਪੂਜਾ ਹੋਏ ਸ੍ਰੀ ਹਰਿਮੰਦਰ ਸਾਹਿਬ ਚ ਪੂਜਾ ਪਾਠ ਚੱਲਦਾ ਰਹਿੰਦਾ ਉਹ ਨਹੀਂ ਬੰਦ ਹੋਇਆ ਹਰਿਮੰਦਰ ਸਾਹਿਬ ਕੀਰਤਨ ਕਥਾ ਰਿਜਸ ਅਕਾਲ ਪੁਰਖ ਪਰਮੇਸ਼ਰ ਦੀ ਸਿਫਤ ਸਲਾਘਾ ਅੰਮ੍ਰਿਤ ਵੇਲੇ ਸ਼ੁਰੂ ਹੋ ਜਾਂਦੀ ਸ਼ਾਮ ਤੱਕ ਜਾਰੀ ਰਹਿੰਦੀ ਹੈ ਬਾਣਛਤ ਕੋ ਪ੍ਰਾਪਤ ਸਭ ਕੋਏ ਹਰ ਜੋ ਵੀ ਕੋਈ ਮਨ ਬਾਣਛਤ ਅਰਦਾਸ ਕਰਦਾ ਹਰਿਮੰਦਰ ਸਾਹਿਬ ਚ ਉਹ ਅਰਦਾਸ ਪੂਰੀ ਹੁੰਦੀ ਹੈ ਐਸੇ ਪ੍ਰਕਾਰ ਸਗਰੋ ਵਿਵਹਾਰ ਇਸ ਤਰ੍ਹਾਂ ਸਾਰਾ ਵਿਹਾਰ ਸ੍ਰੀ ਦਰਬਾਰ ਸਾਹਿਬ ਦਾ ਅੰਮ੍ਰਿਤਸਰ ਦਾ ਮਾਤਾ ਗੰਗਾ ਜੀ ਦੀ ਦੇਖ ਰੇਖ ਵਿੱਚ ਚੱਲਿਆ ਸੰਮਤ ਮਾਤ ਚਲਹ ਸਬਕਾਰ ਮਾਤਾ ਜੀ ਦੀ ਵਿਚਾਰ ਨਾਲ ਇਹ ਸਾਰਾ ਕੁਝ ਅੰਮ੍ਰਿਤਸਰ ਵਿੱਚ ਹੋ ਰਿਹਾ ਹੈ ਤੇ ਗੁਰੂ ਸਾਹਿਬ ਦੇ ਸਾਰੇ ਹੀ ਕਾਰਜ ਸੋਹਣੇ ਢੰਗ ਨਾਲ ਚਲਾਏ ਜਾ ਰਹੇ ਬਾਬਾ ਬੁੱਢਾ ਜੀ ਭਾਈ ਗੁਰਦਾਸ ਜੀ ਚਲਾ ਰਹੇ ਹਾਂਜੀ ਬੋਤ ਸ੍ਰੀ ਹਰ ਗੋਵਿੰਦ ਗੁਣਖਾਨੀ ਉਧਰ ਮਹਾਰਾਏ ਗੁਣਾਂ ਦੀ ਖਾਨ ਗੁਰੂ ਹਰ ਗੋਵਿੰਦ ਸਾਹਿਬ ਦੀ ਸੁਣੋ ਮਗ ਗਮਨੇ ਜਹ ਪੁਰ ਪਤ ਪਾਨੀ ਮਹਾਰਾਜ ਪਾਣੀ ਪਤ ਪਹੁੰਚ ਗਏ ਜਿਉਂ ਚੱਲੇ ਅੰਮ੍ਰਿਤਸਰ ਤੋਂ ਕਈ ਸ਼ਹਿਰਾਂ ਪਿੰਡਾਂ ਨਗਰਾਂ ਚ ਅੰਬਾਲੇ ਸ਼ਾਹਬਾਦ ਕੁਰਸੇਤਰ ਕਰਨਾਲ ਪਾਣੀ ਪਤ ਜਾ ਪਹੁੰਚੇ ਹਾਂਜੀ ਗਰਤ ਸਿਵਰ ਦਿੱਲੀ ਪੁਰ ਗਏ ਤੇ ਫਿਰ ਹੌਲੇ ਹੌਲੇ ਪੜਾਂ ਕਰਦੇ ਦਿੱਲੀ ਵੀ ਪਹੁੰਚ ਗਏ ਹਾਂਜੀ ਖਾਨ ਵਜ਼ੀਰ ਸੰਗ ਬੂਜਤ ਭਏ ਤੇ ਵਜ਼ੀਰ ਖਾਨ ਨੂੰ ਸਾਧਗੁਰਾਂ ਨੇ ਪੁੱਛਿਆ ਤੁਬ ਤੁਬ ਮਰਜ਼ੀ ਕਹ ਕੌਨ ਸਥਾਨ ਮਹਾਰਾਜ ਕਹਿੰਦੇ ਵਜ਼ੀਰ ਖਾਨ ਤੁਸੀਂ ਦੱਸੋ ਤੁਹਾਡੀ ਕੀ ਮਰਜ਼ੀ ਆ ਅਸੀਂ ਪੜਾਂ ਕਿੱਥੇ ਕਰੀਏ ਕਿਉਂਕਿ ਸਾਡੇ ਨਾਲ ਫੌਜ ਬਹੁਤ ਹੈ ਸਾਨੂੰ ਥੋੜੀ ਥਾਂ ਨਹੀਂ ਚਾਹੀਦੀ ਖੁੱਲੀ ਥਾਂ ਚਾਹੀਦੀ ਫਿਰ ਸਾਡੇ ਨਾਲ ਸੰਗਤਾਂ ਬੜੀਆਂ ਆ ਜਾਣੀਆਂ ਦਿੱਲੀ ਦੀ ਸੰਗਤ ਨੇ ਵੀ ਆਉਣਾ ਤੇ ਸਾਨੂੰ ਥਾਂ ਖੁੱਲੀ ਦੱਸੋ ਕਿੱਥੇ ਪੜਾਂ ਕਰੀਏ ਹਾਂਜੀ ਡੇਰਾ ਕਰਹੈ ਜਹਾਂ ਸੁਖ ਠਾਨ ਜਿੱਥੇ ਅਸੀਂ ਸੁਖ ਨਾਲ ਡੇਰਾ ਕਰੀਏ ਸਰਬ ਰੀਤ ਜਹੈ ਬਸਹੈ ਸੁਖੇਰੇ ਅਸੀਂ ਸੁਖ ਨਾਲ ਰਹੀਏ ਸਾਡੀ ਫੌਜ ਨੂੰ ਘੋੜਿਆਂ ਨੂੰ ਪਾਣੀ ਪੀਣ ਦੀ ਘਾਹ ਪੱਠੇ ਦੀ ਤੰਗੀ ਨਾ ਆਵੇ ਹਾਂਜੀ ਦੈਨ ਸਮੂਹ ਕੋ ਕਰਨ ਗੁਜ਼ਾਰੇ। ਜੋ ਜਿੰਨੇ ਦਿਨ ਇੱਥੇ ਰਹਿਣਾ ਗੁਜ਼ਾਰਾ ਕਰਨਾ ਸਾਨੂੰ ਘੋੜਿਆਂ ਨੂੰ ਪਾਣੀ ਤੇ ਇਸ਼ਨਾਨ ਕਰਨ ਲਈ ਪਾਣੀ ਪੀਣ ਲਈ ਪਾਣੀ ਖੁੱਲਾ ਮਿਲਦਾ ਰਹੇ। ਹਾਂਜੀ। ਜਹਾਂ ਸੁਭਟ ਰਹਿ ਆਛੀ ਦੀਤ। ਜਿੱਥੇ ਫੌਜਾਂ ਸੁਖ ਨਾਲ ਰਹਿਣ। ਸੰਗਤ ਗਨ ਦਰਸ ਜੁਤ ਪ੍ਰੀਤ। ਸੰਗਤਾਂ ਵੀ ਖੁੱਲੇ ਦਰਸ਼ਨ ਕਰ ਸਕਣ। ਸੁਨਤ ਖਾਨ ਕਰ ਜੋਰ ਉਚਾਰੀ। ਇਹ ਸੁਣ ਕੇ ਗੁਰੂ ਸਾਹਿਬ ਜੀ ਦੇ ਬਚਨ ਸੁਣ ਕੇ ਖਾਨ ਨੇ ਬੇਨਤੀ ਕੀਤੀ ਬਸ ਹੋਰ ਦੇ ਤੂੰ ਧਿਆਨ ਜੋ ਧਾਰੀ ਮਹਾਰਾਜ ਜੀ ਜਿੱਥੇ ਆਪ ਜੀ ਦਾ ਜੀ ਕਰੇ ਦਿੱਲੀ ਸਾਰੀ ਤੁਹਾਡੀ ਹੈ ਜਿੱਥੇ ਰਹਿਣਾ ਚਾਹੋ ਉੱਥੇ ਤੁਹਾਡੇ ਲਈ ਬੰਦੋਬਸਤ ਹੋਵੇਗਾ ਪਰ ਜਿਹੜੇ ਤੁਹਾਨੂੰ ਯਾਦ ਕਰਦੇ ਨੇ ਜਿਹੜੇ ਤੁਹਾਡੇ ਭਗਤ ਨੇ ਤੁਹਾਡਾ ਸਿਮਰਨ ਕਰ ਰਹੇ ਨੇ ਤੁਹਾਨੂੰ ਯਾਦ ਕਰ ਰਹੇ ਨੇ ਉੱਥੇ ਜਾਣਾ ਚਾਹੀਦਾ ਹਾਂਜੀ ਜਹ ਸਤ ਸੰਗ ਪ੍ਰਭੂ ਗੁਣ ਗਾਵੈ ਜਿੱਥੇ ਤੁਹਾਡਾ ਭਜਨ ਕੀਰਤਨ ਹੋਵੇ ਸੰਤ ਮਹਾਤਮਾ ਹੋਣ ਪਿਆਰੇ ਹੋਣ ਉੱਥੇ ਜਾਈਏ ਹਾਂਜੀ ਤਾਹਾਂ ਬਸ ਹੋ ਤੁਮ ਕੋ ਬਨ ਆਵੈ ਉੱਥੇ ਤੁਹਾਨੂੰ ਬਸਣਾ ਚਾਹੀਦਾ ਸੋ ਵਜੀਰ ਖਾਂ ਦਾ ਇਸ਼ਾਰਾ ਸਮਝ ਕੇ ਮਹਾਰਾਜ ਕਿਉਂਕਿ ਇੱਕ ਮਜਨੂ ਜਿਹਦਾ ਅਸਥਾਨ ਹੈ ਮਜਨੂ ਕਾ ਟਿੱਲਾ ਇੱਕ ਬ੍ਰਹਮ ਗਿਆਨੀ ਮਹਾਤਮਾ ਰੋਹਾਨੀ ਸੰਤ ਗੁਰੂ ਨਾਨਕ ਸਾਹਿਬ ਨੇ ਜਾ ਕੇ ਉਹਨੂੰ ਦਰਸ਼ਨ ਦਿੱਤੇ ਸੀ ਉਹਦਾ ਸਥਾਨ ਹੈ ਮਜਨੂ ਕਾ ਟਿੱਲਾ ਦਿੱਲੀ ਦੇ ਵਿੱਚ ਉੱਥੇ ਸੱਚੇ ਪਾਤਸ਼ਾਹ ਜਾ ਉਹਨਾਂ ਦੇ ਕੰਡੇ ਤੇ 6ਵੇਂ ਪਾਤਸ਼ਾਹ ਪੜਾਣ ਕਰਨਗੇ ਪਹਿਲੀ ਪਾਤਸ਼ਾਹੀ ਦਾ ਉੱਥੇ ਗੁਰਦੁਆਰਾ ਹੈ 6ਵੀਂ ਪਾਤਸ਼ਾਹੀ ਦਾ ਗੁਰਦੁਆਰਾ ਹੈ ਤੀਸਰੀ ਵਾਰੀ ਸਤਿਗੁਰੂ ਹਰਾਈ ਸਾਹਿਬ ਜੀ ਦੇ ਵੱਡੇ ਸਹਬਜ਼ਾਦੇ ਬਾਬਾ ਰਾਮ ਰਾਜ ਜੀ ਦਾ ਸਥਾਨ ਹੈ ਤਿੰਨੇ ਮਹਾਪੁਰਸ਼ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਤੇ ਬਾਬਾ ਰਾਮ ਰਾਏ ਜੀ ਉਥੇ ਠਹਿਰੇ ਹਨ ਉਹ ਅਸਥਾਨ ਦਰਸ਼ਨਯੋਗ ਹੈ ਮੱਜਨੂ ਕਾ ਟੇਲਾ ਗੁਰਦੁਆਰਾ ਦਿੱਲੀ ਵਿੱਚ ਉਥੇ ਗੁਰੂ ਹਰਗੋਬਿੰਦ ਸਾਹਿਬ ਪਹੁੰਚ ਗਏ ਉਥੇ ਬੁੜਾ ਕਰਨਗੇ ਉਹ ਕਥਾ ਆਪਾਂ ਸਰਵਣ ਕਰਾਂਗੇ ਸਮੇ ਦੇ ਲਿਹਾਜ਼ ਨਾਲ ਸਮਾਪਤੀ ਹੈ ਏ ਗੋਬਿੰਦ ਏ ਗੋਪਾਲ